डॉक्टर साहब ये दो जो लॉजिक जो दिते जाते आम तौर पर कि शराब पी के बंदा सौ जाता चैन के तसली नींद आ जाती है और नींद आने के असं सारे ही जानते हैं भी बंदा रिलैक्स हो जाता उसका दिमाग जिहड़ा सवेरे फ्रैश होंदा जदों वो चंगी तरह सौं के उठदा इस ढंग दे नाल इह फायदा नहीं दिंदी जी जां इह नींद दे विच इहदा फिर इह जिहनूं नींद नहीं आउंदी जां कोई चिंता चा जे उह उदों पी लैंदा ते इह पॉजिटिव असर नहीं करदी। आयरलैंड दे विच लोकां ने शराब दी वरतों पेंडेमिक दे दौरान ज़्यादा कीती है, क्यों पीते हैं? वह कहिंदे इक ते इहदे नाल नींद आ जांदी, दूजा बंदा मैंटली रिलैक्स हो जांदा, कुदरती तौर ते रिलैक्स होंदा होऊगा जां उहदी जिहड़ी अंदर खुशी आ, जे खुशी दे मौके उह पींदा तां खुशी वध जांदी आ, जेकर दुख दे वेले पींदा तां उहदा कहिंदे इह ऐसी इक जादू दी चीज़ आ वी उहदा दुख घट जांदा। करीबन करीबन असीं देख रहे हां 35% लोग जिहड़े हैगे आ उह कबूल रहे आ भी असीं बहुत ज़्यादा पीण लग पए। अगर असीं पुछीए भी कि एक ड्रिंक पीना जायज़ आ, दो जायज़ आ, हफ्ते च 10 ड्रिंक पीने चाहिए आ, मेरा आंसर हैगा जीरो, ZERO। एक भी जिहड़ा अल्कोहल दा ड्रिंक है तुहाडी बॉडी नूं नुकसान करूगा, फायदा उन्हें कुछ नहीं करना। तुहाडे ब्रेन तो लैके तुहाडे पैरां दी तलियां तक हर एक अंग नूं इन्हें खराब ही करना, इन्हें कोई उहदा सुधार नहीं करना। इंसान पी क्यों रहा है, ये रीज़न सानूं लभना पैणा। डॉक्टर साहब साडे नाल ने, उहनां दे नाल असीं गलबात करदे हां कि किस तरह इन्हां तिन्नां चीज़ां नूं असीं समझ सकदे हां, इम्यूनिटी, नींद, शराब। ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ, ਜੀ ਆਇਆਂ ਨੂੰ। ਹਾਂ, ਬਹੁਤ ਬਹੁਤ ਧੰਨਵਾਦ ਜਸਕਰਨ ਜੀ, ਅਤੇ ਸਾਰੇ ਦੇਖਣ ਵਾਲਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਤੇ, ਸਲਾਮ ਵਾਲੇਕੁਮ, ਆਦਾਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ ਇੱਕ ਕਿਤੇ ਅਸੀਂ ਖਬਰ ਪੜ੍ਹ ਰਹੇ ਹਾਂ ਕਿ ਆਇਰਲੈਂਡ ਦੇ ਵਿੱਚ ਲੋਕਾਂ ਨੇ ਸ਼ਰਾਬ ਦੀ ਵਰਤੋਂ ਪੈਂਡੈਮਿਕ ਦੇ ਦੌਰਾਨ ਜ਼ਿਆਦਾ ਕੀਤੀ ਆ। ਸ਼ਰਾਬ ਆਮ ਤੌਰ 'ਤੇ ਲੋਕ ਜਿਹੜੀ ਜਿਹਨਾਂ ਨੂੰ ਪੁੱਛਦੇ ਆ ਜਿਹੜੇ ਲੋਕ ਪੀਂਦੇ ਆ ਕਿ ਕਿਉਂ ਪੀਂਦੇ ਆ, ਉਹ ਕਹਿੰਦੇ ਇੱਕ ਤਾਂ ਇਹਦੇ ਨਾਲ ਨੀਂਦ ਆ ਜਾਂਦੀ, ਦੂਜਾ ਬੰਦਾ ਮੈਂਟਲੀ ਰਿਲੈਕਸ ਹੋ ਜਾਂਦਾ, ਕੁਦਰਤੀ ਤੌਰ 'ਤੇ ਰਿਲੈਕਸ ਹੁੰਦਾ ਹੋਊਗਾ ਜਾਂ ਉਹਦੀ ਜਿਹੜੀ ਅੰਦਰ ਖੁਸ਼ੀ ਆ, ਜੇ ਖੁਸ਼ੀ ਦੇ ਮੌਕੇ ਉਹ ਪੀਂਦਾ ਤਾਂ ਖੁਸ਼ੀ ਵੱਧ ਜਾਂਦੀ ਆ, ਜੇਕਰ ਦੁੱਖ ਦੇ ਵੇਲੇ ਪੀਂਦਾ ਤਾਂ ਉਹਦਾ ਕਹਿੰਦੇ ਇਹ ਐਸੀ ਇੱਕ ਜਾਦੂ ਦੀ ਚੀਜ਼ ਆ ਵੀ ਉਹਦਾ ਦੁੱਖ ਘੱਟ ਜਾਂਦਾ। ਮੈਡੀਕਲੀ ਤੁਸੀਂ ਇਹਨੂੰ ਕਿੱਦਾਂ ਦੇਖਦੇ ਆ ਕਿ ਇਹਦਾ ਕਿੰਨਾ ਕੁ ਪੋਜ਼ਿਟਿਵ ਜਾਂ ਨੈਗੇਟਿਵ ਅਸਰ, ਜਾਂ ਕੁਛ ਲੋਕ ਕਹਿੰਦੇ ਇੱਕ ਪੈਗ ਪੀ ਲੈਣਾ ਚਾਹੀਦਾ, ਹਾਰਟ ਅਟੈਕ ਨਹੀਂ ਹੁੰਦਾ, ਜਾਂ ਕੁਛ ਇਸ ਤਰ੍ਹਾਂ ਦੀਆਂ ਗੱਲਾਂ, ਇਹਦੇ ਬਾਰੇ ਸਾਨੂੰ ਥੋੜ੍ਹਾ ਜਿਹਾ ਸਪਸ਼ਟ ਕਰੋ ਜੀ। ਹਾਂਜੀ, ਬਹੁਤ ਸੋਹਣਾ ਔਰ ਪ੍ਰੈਕਟੀਕਲ ਕੁਐਸਚਨ ਹੈਗਾ, ਔਰ ਕੈਨੇਡਾ 'ਚ ਵੀ ਸ਼ਰਾਬ ਦੀ ਜਿਹੜੀ ਦਰ ਹੈਗੀ ਆ ਉਹ ਵਧੀ ਆ। ਕਰੀਬਨ ਕਰੀਬਨ ਅਸੀਂ ਦੇਖ ਰਹੇ ਹਾਂ 35% ਲੋਕ ਜਿਹੜੇ ਹੈਗੇ ਆ ਉਹ ਕਬੂਲ ਰਹੇ ਆ ਵੀ ਅਸੀਂ ਬਹੁਤ ਜ਼ਿਆਦਾ ਪੀਣ ਲੱਗ ਪਏ, ਔਰ ਉਹਨਾਂ ਨੂੰ ਪੁੱਛਿਆ ਵੀ ਤੁਸੀਂ ਕਿਉਂ ਪੀ ਰਹੇ ਆ, ਉਹਦੇ ਵਿੱਚ ਕਰੀਬਨ 45% ਕਹਿੰਦੇ ਆ ਵੀ ਸਾਨੂੰ ਬੋਰ ਹੋ ਗਿਆ ਸੀ, ਘਰ ਬੈਠੇ ਸੀ, ਕੰਮਾਂ ਕਾਰਾਂ 'ਚ ਨਹੀਂ ਜਾਂਦੇ ਸੀ, ਕੀ ਕਰੀਏ, ਸੋਚਿਆ ਵੀ ਚੱਲ ਗਲਾਸੀ ਲਾ ਲੈਂਦੇ ਹਾਂ, ਔਰ 50% ਕਹਿ ਲਓ ਕਹਿੰਦੇ ਵੀ ਸਾਨੂੰ ਸਟ੍ਰੈਸ ਹੋ ਗਿਆ, ਚਿੰਤਾ ਹੋ ਗਈ, ਪਰੇਸ਼ਾਨੀ ਹੋ ਗਈ ਉਹਨੂੰ ਦੂਰ ਕਰਨ ਵਾਸਤੇ। ਲੇਕਿਨ ਅਗਰ ਆਪਾਂ ਦੇਖੀਏ ਇਹ ਰਾਈਟ ਟ੍ਰੀਟਮੈਂਟ ਨਹੀਂ ਹੈਗਾ। ਅਗਰ ਅਸੀਂ ਪੁੱਛੀਏ ਵੀ ਕਿ ਇੱਕ ਡਰਿੰਕ ਪੀਣਾ ਜਾਇਜ਼ ਆ, ਦੋ ਜਾਇਜ਼ ਆ, ਹਫ਼ਤੇ 'ਚ 10 ਡਰਿੰਕ ਪੀਣੇ ਚਾਹੀਦੇ ਆ, ਮੇਰਾ ਆਂਸਰ ਹੈਗਾ ਜ਼ੀਰੋ, ZERO। ਇੱਕ ਵੀ ਜਿਹੜਾ ਅਲਕੋਹਲ ਦਾ ਡਰਿੰਕ ਹੈ ਤੁਹਾਡੀ ਬੋਡੀ ਨੂੰ ਨੁਕਸਾਨ ਕਰੂਗਾ, ਫਾਇਦਾ ਉਹਨੇ ਕੁਛ ਨਹੀਂ ਕਰਨਾ। ਉੱਦਾਂ ਸਟੱਡੀਜ਼ ਆਉਂਦੀਆਂ ਰਹਿੰਦੀਆਂ ਵੀ ਇਹ ਕਰ ਲਓ, ਉਹ ਕਰ ਲਓ, ਗਾਈਡਲਾਈਨਸ ਹੋ ਜਾਂਦੀਆਂ, ਲੇਕਿਨ ਤੁਹਾਡੇ ਬ੍ਰੇਨ ਤੋਂ ਲੈ ਕੇ ਤੁਹਾਡੇ ਪੈਰਾਂ ਦੀ ਤਲੀਆਂ ਤੱਕ ਹਰ ਇੱਕ ਅੰਗ ਨੂੰ ਇਹਨੇ ਖਰਾਬ ਹੀ ਕਰਨਾ, ਇਹਨੇ ਕੋਈ ਉਹਦਾ ਸੁਧਾਰ ਨਹੀਂ ਕਰਨਾ, ਔਰ ਤੁਹਾਨੂੰ ਇੱਕ ਟੈਂਪਰਰੀ ਇੱਕ ਮਾਹੌਲ ਕ੍ਰੀਏਟ ਕਰ ਦੇਣਾ ਵੀ ਥੋੜ੍ਹੀ ਜਿਹੀ ਖੁਸ਼ੀ ਦੇ ਦਿੱਤੀ, ਔਰ ਤੁਹਾਡੇ ਜਿਹੜੇ ਇਨਹੀਬਿਸ਼ਨਸ ਹੈਗੇ ਆ, ਦੇਖੋ ਕਈ ਵਾਰ ਲੋਕ ਜਦ ਤੱਕ ਇਹਨਾਂ ਨੇ ਇੱਕ ਦੋ ਡਰਿੰਕ ਨਾ ਲਾਇਆ ਹੋਇਆ ਤਦ ਤੱਕ ਉਹ ਖੁੱਲ੍ਹ ਕੇ ਗੱਲ ਨਹੀਂ ਕਰਦੇ, ਸੋ ਇਨਹੀਬਿਸ਼ਨ ਚਲੇ ਜਾਂਦਾ, ਤੁਹਾਡੀ ਜਿਹੜੀ ਜਜਮੈਂਟ ਹੈਗੀ ਆ ਉਹ ਵੀ ਖੇਰੂ ਖੇਰੂ ਹੋ ਜਾਂਦੀ ਆ। ਔਰ ਖਾਸ ਕਰਕੇ ਕੋਵਿਡ ਦੇ ਟਾਈਮ 'ਚ WHO ਨੇ ਕਿਹਾ ਵੀ ਡਰਿੰਕਸ ਨਾ ਪੀਓ, ਕਿਉਂਕਿ ਪਹਿਲੀ ਗੱਲ ਤਾਂ ਇਹ ਹੈਗੀ ਆ ਵੀ ਇਹ ਤੁਹਾਨੂੰ ਨੁਕਸਾਨ ਕਰੂਗੀ, ਤੁਹਾਡਾ ਇਮਿਊਨ ਸਿਸਟਮ ਜਿਹੜਾ ਹੈਗਾ ਜ਼ਰੂਰੀ ਚਾਹੀਦਾ ਕੋਵਿਡ 'ਚ ਉਹਨੂੰ ਖਰਾਬ ਕਰੂਗੀ, ਤੀਜਾ ਤੁਹਾਡੀ ਜਜਮੈਂਟ ਔਰ ਐਰਰ ਹੋ ਗਏ, ਤੁਸੀਂ ਅਗਰ ਡਿਸਟੈਂਸ 6-8 ਫੁੱਟ ਨਹੀਂ ਚੇਤਾ ਰਹਿੰਦਾ ਤੁਸੀਂ ਜਾ ਕੇ ਲੋਕਾਂ ਨੂੰ ਜੱਫੀਆਂ ਪਾਉਣ ਲੱਗ ਪੈਣਾ, ਸਰੂਰ 'ਚ ਆ ਕੇ ਹੈਂਡ ਵਾਸ਼ਿੰਗ ਭੁੱਲ ਜਾਣੀ ਆ, ਜਿਹੜੀ ਸਾਰੇ ਪ੍ਰੋਟੋਕੋਲ ਅਸੀਂ ਕਰਦੇ ਆ ਰਹੇ ਹਾਂ। ਸੋ ਸ਼ੋਰਟ ਆਂਸਰ ਹੈਗਾ ਵੀ ਨਹੀਂ, ਕੋਈ ਵੀ ਡਰਿੰਕ ਨਹੀਂ ਚਾਹੀਦੀ, ਲੇਕਿਨ ਟ੍ਰਬਲ ਇਹ ਹੈਗੀ ਹੈ ਬਹੁਤ ਵੱਡੀ ਮਾਤਰਾ 'ਚ ਆਲ ਓਵਰ ਦਾ ਵਰਲਡ ਲੋਕ ਪੀਂਦੇ ਆ, ਬੰਦੇ ਜ਼ਿਆਦਾ ਪੀਂਦੇ ਆ, ਲੇਡੀਜ਼ ਘੱਟ ਪੀਂਦੀਆਂ, ਲੇਕਿਨ ਲੇਡੀਜ਼ ਦੇ ਵਿੱਚ ਦਰ ਵੱਧਦੀ ਜਾ ਰਹੀ ਆ। ਜਿਹੜੀ ਬੀਅਰ ਆ, ਵਾਈਨ ਆ, ਉਹ 'ਚ ਥੋੜ੍ਹੀ ਘੱਟ ਹੁੰਦੀ ਆ, ਜਿਹੜੀ ਵਿਸਕੀ ਆ ਉਹਦੇ 'ਚ 40% ਹੁੰਦੀ ਆ, ਉਸ ਤੋਂ ਵੀ ਵਧੇਰੀ ਮਾਤਰਾ ਦੇ ਜਿਹੜੇ ਹੈਗੇ ਸੋਰਸਿਸ ਅਵੇਲੇਬਲ ਹੈਗੇ ਆ,
ਜਿਹੜਾ ਕੈਨੇਡੀਅਨ ਗਵਰਨਮੈਂਟ ਕਹਿੰਦੀ ਆ ਵੀ ਇੱਕ ਡਰਿੰਕ ਉਹਦਾ ਅੰਕ ਹੁੰਦਾ 30 ml, ਜਿਵੇਂ ਵੀ 1 ਔਂਸ 28.5 ml ਕਹਿ ਲਓ, ਚਲੋ ਮੋਟਾ ਕਰਕੇ 30, ਲੇਕਿਨ ਆਪਣੇ ਬੰਦਿਆਂ ਦੇ ਜਿਹੜੇ ਇੱਕ ਡਰਿੰਕ ਹੁੰਦੇ ਆ ਉਹ 60 ਤੋਂ 90 ml ਦੇ ਹੁੰਦੇ, ਉਸ ਤੋਂ ਥੱਲੇ ਤਾਂ ਕੋਈ ਰਾਜ਼ੀ ਨਹੀਂ ਹੁੰਦਾ। ਸੋ ਸ਼ਾਰਟ ਆਂਸਰ ਜਸਕਰਨ ਜੀ ਇਹ ਹੈਗਾ ਵੀ ਇਨਸਾਨ ਪੀ ਕਿਉਂ ਰਿਹਾ, ਇਹ ਰੀਜ਼ਨ ਸਾਨੂੰ ਲੱਭਣਾ ਪੈਣਾ। ਜੀ ਦੇਖੋ, ਇਨਸਾਨ ਬੇਚੈਨ ਆ, ਉਹਨੂੰ ਨਸ਼ੇ ਦੀ ਲੋੜ ਆ। ਹੁਣ ਤੁਸੀਂ ਕਹੋਗੇ ਡਾਕਟਰਪੁਰ ਜੀ ਕਹਿੰਦਾ ਹਾਏ ਨਸ਼ਾ ਕਰੋ, ਨਹੀਂ, ਨਸ਼ਾ ਟੈਂਪਰਰੀ ਹੈਗਾ ਵੀ ਤੁਸੀਂ ਸ਼ਰਾਬ ਦਾ ਲੈ ਲਿੱਤਾ, ਜਾਂ ਹੁਣ ਮੈਰੂਆਨਾ ਵੀ ਲੀਗਲਾਈਜ਼ਡ ਹੈਗੀ ਜਿਹਨੂੰ ਆਪਾਂ ਸੁੱਖਾ ਕਹਿੰਦੇ ਹਾਂ, ਜਾਂ ਤੁਸੀਂ ਇਲੀਗਲੀ ਡਰੱਗਸ ਵੀ ਬਹੁਤ ਲੋਕ ਰਹਿੰਦੇ ਆ, ਜਾਂ ਫਿਰ ਪਰਮਨੈਂਟ ਨਸ਼ਾ ਇਹ ਆ ਵੀ ਤੁਸੀਂ ਆਪਣੇ ਆਪ ਦੇ ਨਾਲ ਜੁੜੋ, ਰੂਹਾਨੀ ਪੱਖ ਤੇ ਰਹੋ, ਐਕਸਰਸਾਈਜ਼ ਕਰੋ, ਸਿਮਰਨ ਸਾਧਨਾ ਕਰੋ, ਕਿਉਂਕਿ ਉਹੀ ਗੱਲਾਂ ਜਿਹੜੀਆਂ ਐਕਸਰਸਾਈਜ਼ ਸਿਮਰਨ ਸਾਧਨਾ ਤੋਂ ਸਾਡੇ ਮਨ ਦੇ ਵਿੱਚ ਐਂਡੋਰਫਿਨ ਬਣਦੇ ਆ। ਐਂਡੋਰਫਿਨ ENDORPHIN ਜਿਹੜੇ ਕੈਮੀਕਲ ਜਿਹੜੇ ਤੁਹਾਨੂੰ ਖੁਸ਼ੀ, ਖੇੜਾ ਔਰ ਸਰੂਰ ਦਿੰਦੇ ਆ, ਔਰ ਇਹਦਾ ਕੋਈ ਸਾਈਡ ਇਫੈਕਟ ਨਹੀਂ, ਨਾ ਹੀ ਇਹਦਾ ਕੋਈ ਮੁੱਲ ਲੱਗਦਾ, ਨਾ ਇਹ ਬਾਹਰੋਂ ਜਾ ਕੇ ਤੁਹਾਨੂੰ ਖਰੀਦ ਕੇ ਲੈ ਕੇ ਆਉਣੀ ਪੈਂਦੀ ਆ। 500 ਕਰੋੜ ਤੋਂ ਜ਼ਿਆਦਾ ਹਿੰਦੁਸਤਾਨ 'ਚ ਸ਼ਰਾਬ ਵਿਕੀ ਪਹਿਲੇ ਦਿਨ ਜਦੋਂ ਲੋਕਡਾਊਨ ਖੁੱਲਿਆ, ਔਰ ਇਹ ਫ੍ਰੀ ਹੈਗਾ ਅਗਰ ਤੁਸੀਂ ਐਕਸਰਸਾਈਜ਼ ਕਰਦੇ ਹੋ, ਵਾਕ 'ਤੇ ਚਲੇ ਗਏ, ਦੌੜਨ ਚਲੇ ਗਏ, ਸਾਈਕਲ 'ਚ ਚਲੇ ਗਏ, ਜੋ ਵੀ ਐਕਸਰਸਾਈਜ਼ ਕਰਦੇ ਹੋ, ਜਿਹੜੀ ਸਿਮਰਨ ਸਾਧਨਾ ਆਪਣੇ ਆਪ ਦੇ ਨਾਲ, ਜੋ ਵੀ ਤੁਹਾਡਾ ਇਸ਼ਟ ਹੈਗਾ, ਵਾਹਿਗੁਰੂ ਗੁਰਮੰਤਰ ਹੈ, ਜਪ ਹੋਮੇ ਖੋਈ, ਜਾਂ ਅੱਲਾਹ ਹੂ ਕਹੋ, ਜਾਂ ਗਾਇਤਰੀ ਮੰਤ, ਓਮ ਨਮੋ ਸ਼ਿਵਾਏ, ਜੋ ਵੀ ਤਸਬੀਹ ਲੈ ਲਓ, ਮਾਲਾ ਲੈ, ਜੋ ਵੀ ਤੁਹਾਨੂੰ ਠੀਕ ਲੱਗਦਾ, ਉਹਦਾ ਫਾਇਦਾ ਜਾਂ ਨੁਕਸਾਨ ਨਹੀਂ ਹੈ, ਨਾਲੇ ਉਹ ਫ੍ਰੀ ਆ। ਸੋ ਇਮਿਊਨ ਸਿਸਟਮ ਨੂੰ ਬਹੁਤ ਖਰਾਬ ਕਰਦੀ ਆ ਤੁਹਾਡੇ, ਮੈਂ ਥੋੜ੍ਹੇ ਹਾਸੇ ਵਾਲੀ ਗੱਲ ਕਰਦਾ, ਤੁਹਾਡੇ ਇਮਿਊਨ ਸਿਸਟਮ ਦੇ ਜਿਹੜੇ ਪ੍ਰੋਟੈਕਟਿਵ ਸੈੱਲ ਆ ਨਾ, ਉਹਨਾਂ ਨੂੰ ਵੀ ਸਰੂਰ 'ਚ ਲੈ ਆਉਂਦੀ, ਉਹ ਵੀ ਕੰਮ ਕਰਨੋਂ ਹਟ ਜਾਂਦੇ ਆ। ਮਤਲਬ ਕਹਿਣ ਦਾ ਮਤਲਬ ਇਹ ਸੀ, ਜਿਹੜਾ ਤੁਹਾਡਾ ਇਮਿਊਨ ਸਿਸਟਮ ਦੇ ਜਿਹੜੇ ਪ੍ਰੋਟੈਕਟਿਵ ਸੈੱਲ ਆ ਉਹ ਕੰਮ ਕਰਨੋਂ ਹਟ ਜਾਂਦੇ ਆ ਅਗਰ ਅੰਦਰ ਬੋਡੀ 'ਚ ਅਲਕੋਹਲ ਜਾਏ। ਦੇਖੋ, ਪਹਿਲੇ ਇਹਨੇ ਜਾਣਾ ਤੁਹਾਡੇ ਮੇਦੇ 'ਚ, ਮੇਦੇ ਔਰ ਆਂਤੜੀ 'ਚ, ਉੱਥੇ ਜਾ ਕੇ ਇਹਨੇ ਜਲਨ ਐਸਿਡ ਪ੍ਰੋਡਿਊਸ ਕਰਨਾ, ਇਨਫਲਮੇਸ਼ਨ ਕਰਨਾ, ਉੱਥੋਂ ਫਿਰ ਐਬਜ਼ੋਰਬ ਹੋ ਕੇ ਇਹਨੇ ਲਿਵਰ 'ਚ ਜਾਣਾ। ਲਿਵਰ 'ਚ ਇਹਨੂੰ ਸਾਨੂੰ ਜਿਹਨੂੰ ਆਪਾਂ ਜਿਗਰ ਵੀ ਕਹਿੰਦੇ ਹਾਂ, ਲਿਵਰ ਵੀ ਕਹਿੰਦੇ ਹਾਂ, ਕਾਲਜਾ ਵੀ ਕਹਿੰਦੇ ਹਾਂ, ਕਲੇਜੀ ਵੀ ਕਹਿੰਦੇ ਹਾਂ, ਅਤੇ ਉੱਥੇ ਪ੍ਰੋਸੈਸ ਹੋਣਾ। ਔਰ ਅਗਰ ਤੁਸੀਂ ਬਹੁਤ ਲੰਬੇ ਅਰਸੇ ਤੱਕ ਪੀ ਰਹੇ ਆ ਤਾਂ ਲਿਵਰ ਡੈਮੇਜ ਤਾਂ ਗਰੰਟੀ ਆ, ਜਿਹਨੂੰ ਆਪਾਂ ਕਹਿੰਦੇ ਹਾਂ ਸਕਾਰਿੰਗ ਹੋ ਜਾਣਾ, ਸਿਰੋਸਿਸ ਹੋ ਜਾਣਾ, ਤੁਹਾਡੀ ਅੱਖਾਂ ਦੇ ਉੱਤੇ ਅਸਰ ਕਰਨਾ, ਤੁਹਾਡੇ ਦੰਦ ਕਮਜ਼ੋਰ ਹੋ ਜਾਣੇ ਆ, ਤੁਹਾਡੇ ਮਸਲ ਜਿਹੜੇ ਹੈਗੇ ਗਲਣੇ ਸ਼ੁਰੂ ਹੋ ਜਾਂਦੇ ਆ, ਹੱਡੀਆਂ ਜਿਹੜੀਆਂ ਉਹਦਾ ਕੈਲਸ਼ੀਅਮ ਜਿਹੜਾ ਹੈਗਾ ਘਟਣਾ ਸ਼ੁਰੂ ਹੋ ਜਾਂਦਾ, ਜਿਹੜਾ ਬ੍ਰੇਨ ਆ ਨਾ ਉਹਦੇ ਵਿੱਚ ਵੀ ਥੋੜ੍ਹੇ ਸੈਲਸ ਜਿਹੜੇ ਹੈਗੇ ਆ ਉਹ ਸ਼ਰਿੰਕ ਹੋਣੇ ਸ਼ੁਰੂ ਹੋ ਜਾਂਦੇ ਆ। ਤੁਹਾਡੇ ਜਿਹੜੇ ਬੰਦਿਆਂ ਦੇ ਜਿਹੜੇ ਅੰਗ ਹੈਗੇ ਆ, ਪ੍ਰਾਈਵੇਟ ਪਾਰਟਸ ਹੈਗੇ ਆ, ਜਿੱਥੋਂ ਟੈਸਟੋਸਟੇਰੋਨ ਬਣਦਾ, ਉਹਦੇ ਉੱਤੇ ਵੀ ਅਸਰ ਕਰਦੀ ਆ, ਉਹਨੂੰ ਵੀ ਲੌਂਗ ਟਰਮ 'ਚ ਖਰਾਬ ਕਰਦੀ ਆ, ਹਾਰਮੋਨ ਪ੍ਰੋਡਕਸ਼ਨ ਜਿਹੜਾ ਹੈਗਾ ਉਹ ਘਟਾਉਂਦੀ ਆ, ਤੁਹਾਡੀ ਖੂਨ ਦੀ ਨਸਾਂ ਜਿਹੜੀਆਂ ਹੈਗੀਆਂ ਉਹ ਟੈਂਪਰਰੀ ਜ਼ਰੂਰ ਖੁੱਲਦੀਆਂ, ਲੇਕਿਨ ਅਗਰ ਆਪਾਂ ਲੌਂਗ ਟਰਮ 'ਚ ਕਹੀਏ ਉਹਨਾਂ ਨੂੰ ਵੀ ਇਨਫਲਮੇਸ਼ਨ ਉਹ ਡੈਮੇਜ ਕਰਦੀ ਆ। ਸੋ ਸ਼ਾਰਟ ਆਂਸਰ ਇਹੀ ਆ, ਸ਼ਰਾਬ ਨਾ ਪੀਓ। ਦੇਖੋ, ਲਫ਼ਜ਼ ਦੋ ਆ, ਸ਼ਰ ਅਤੇ ਆਬ, ਆਬ ਦਾ ਅਰਥ ਹੁੰਦਾ ਪਾਣੀ, ਅਤੇ ਸ਼ਰ ਦਾ ਅਰਥ ਹੁੰਦਾ ਸ਼ਰਾਰਤ ਕਰਨ ਵਾਲਾ ਪਾਣੀ, ਉਹ ਪਾਣੀ ਜਿਹੜਾ ਪੀ ਕੇ ਅਸੀਂ ਸ਼ਰਾਰਤ ਕਰਨੀ ਆ, ਅਸੀਂ ਇਨਸਾਨੀਅਤ ਨੂੰ ਭੁੱਲ ਕੇ ਹੈਵਾਨੀਅਤ 'ਚ ਚਲੇ ਜਾਣਾ। ਸੋ ਇਸ ਲਈ ਅਸੀਂ ਸ਼ਰਾਬ ਨਾ ਪੀਏ। ਔਰ ਜਿਹੜਾ ਮੈਂ ਇਹ ਕਹੂੰਗਾ ਵੀ ਹਾਲਾਂਕਿ ਇਹ ਗੁਰਬਾਣੀ ਤੋਂ ਤੁੱਕ ਨਹੀਂ ਆਉਂਦੀ, ਕੋਈ ਵੀ ਜਗ੍ਹਾ ਦੀ ਪੁਸ਼ਟੀ ਨਹੀਂ ਮਿਲਦੀ, ਲੇਕਿਨ ਬਹੁਤ ਸਾਰਿਆਂ ਨੇ ਇਹ ਸੁਣਿਆ ਹੋਣਾ ਵੀ ਨਾਮ ਖੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ। ਸੋ ਨਾਮ ਦੀ ਖੁਮਾਰੀ ਲੈ ਕੇ ਆਓ, ਨਾਮ ਦਾ ਨਸ਼ਾ ਲੈ ਕੇ ਆਓ, ਭਗਤੀ ਦਾ ਨਸ਼ਾ ਲੈ ਕੇ ਆਓ, ਕਿਉਂਕਿ ਉਹ ਲਾਲੀ, ਉਹ ਸਰੂਰ, ਉਹ ਜਜ਼ਬਾ ਤੁਹਾਡੇ ਇਮਿਊਨ ਸਿਸਟਮ ਨੂੰ ਬਰਕਰਾਰ ਕਰਦਾ, ਤੁਹਾਡੇ ਜਿਹੜੇ ਬ੍ਰੇਨ ਸੈਲਸ ਹੈ ਉਹਨਾਂ ਨੂੰ ਮਜ਼ਬੂਤ ਕਰਦਾ। ਤੁਹਾਨੂੰ ਕੋਈ ਚੀਜ਼ ਦਾ ਗਮ ਨਹੀਂ ਰਹਿੰਦਾ, ਚਿੰਤਾ ਨਹੀਂ ਰਹਿੰਦੀ, ਤੁਸੀਂ ਕੋਈ ਵੀ ਸਿਚੁਏਸ਼ਨ ਤੋਂ ਨੈਵੀਗੇਟ ਕਰ ਸਕਦੇ ਹੋ। ਡਾਕਟਰ ਸਾਹਿਬ, ਇਹਦੇ ਲਈ ਦੋ ਜਿਹੜੇ ਲੌਜਿਕ ਆ ਜਿਹੜੇ ਦਿੱਤੇ ਜਾਂਦੇ ਆਮ ਤੌਰ 'ਤੇ ਕਿ ਸ਼ਰਾਬ ਪੀ ਕੇ ਬੰਦਾ ਸੌਂ ਜਾਂਦਾ ਚੈਨ ਦੇ ਨਾਲ, ਉਹਨੂੰ ਤਸੱਲੀ ਨਾਲ ਨੀਂਦ ਆ ਜਾਂਦੀ ਆ, ਅਤੇ ਨੀਂਦ ਆਉਣ ਦੇ ਨਾਲ ਅਸੀਂ ਸਾਰੇ ਜਾਣਦੇ ਹਾਂ ਵੀ ਬੰਦਾ ਰਿਲੈਕਸ ਹੋ ਜਾਂਦਾ, ਉਹ ਤਾਂ ਦਿਮਾਗ ਜਿਹੜਾ ਸਵੇਰੇ ਫਰੈਸ਼ ਹੁੰਦਾ ਜਦੋਂ ਉਹ ਚੰਗੀ ਤਰ੍ਹਾਂ ਸੌਂ ਕੇ ਉੱਠਦਾ। ਇਸ ਢੰਗ ਦੇ ਨਾਲ ਇਹ ਫਾਇਦਾ ਨਹੀਂ ਦਿੰਦੀ ਜੀ, ਜਾਂ ਇਹ ਨੀਂਦ ਦੇ ਵਿੱਚ ਇਹਦਾ ਫਿਰ ਇਹ ਜਿਹਨੂੰ ਨੀਂਦ ਨਹੀਂ ਆਉਂਦੀ ਜਾਂ ਕੋਈ ਚਿੰਤਾ 'ਚ ਆ, ਜੇ ਉਹ ਉਦੋਂ ਪੀ ਲੈਂਦਾ ਤਾਂ ਇਹ ਪੋਜ਼ਿਟਿਵ ਅਸਰ ਨਹੀਂ ਕਰਦੀ? ਦੇਖੋ, ਲੋਕੀ ਜਿਹੜੇ ਨਾ ਅੰਡਰਲਾਈਨ ਕੌਜ਼ ਆ ਉਹਨੂੰ ਐਡਰੈਸ ਨਹੀਂ ਕਰ ਰਹੇ। ਹੋ ਸਕਦਾ ਐਂਗਜ਼ਾਇਟੀ ਆ, ਡਿਪਰੈਸ਼ਨ ਆ, ਉਹਦੇ ਰਿਲੇਸ਼ਨਸ਼ਿਪ 'ਚ ਪ੍ਰੋਬਲਮ ਆ, ਉਹਦੇ ਕੰਮ 'ਚ ਕੋਈ ਤਣਾਅ ਹੈਗਾ, ਉਹ ਸਾਰੀ ਚੀਜ਼ਾਂ ਐਡਰੈਸ ਕਰ ਸਕਦੇ ਆਪਾਂ, ਕਾਉਂਸਲਿੰਗ ਦੇ ਨਾਲ ਕਰ ਸਕਦੇ ਹਾਂ, ਮੈਡੀਕੇਸ਼ਨ ਦੇ ਨਾਲ ਕਰ ਸਕਦੇ ਹਾਂ, ਹੋਰ ਚੀਜ਼ਾਂ ਬਹੁਤ ਹੈਗੀਆਂ, ਔਰ ਉਹ ਪਰਮਨੈਂਟ ਇਲਾਜ ਨੇ। ਇਹ ਜਿਹੜਾ ਹੈਗਾ, ਲੋਕੀ ਆਪਣੇ ਆਪ ਨੂੰ ਅਬਿਊਜ਼ ਕਰਨ ਲੱਗ ਪੈਂਦੇ ਆ ਵੀ ਠੀਕ ਆ ਅਸੀਂ ਨਹੀਂ ਜਾਣਾ, ਔਰ ਖਾਸ ਕਰਕੇ ਬੰਦੇ ਉਹ ਡਾਕਟਰ ਕੋਲ ਜਾਣਾ ਹੀ ਨਹੀਂ ਮੰਗਦੇ, ਉਹ ਕਹਿੰਦੇ ਯਾਰ ਠੀਕ ਹੈ ਕੋਈ ਨਹੀਂ ਆਪਾਂ ਲਾ ਕੇ ਦੇਖ ਲੈਂਦੇ ਹਾਂ। ਪ੍ਰੋਬਲਮ ਇਹ ਵੱਡੀ ਆ ਵੀ
ਇਹ ਟੈਂਪਰਰੀ ਚੀਜ਼ਾਂ ਹੈਗੀਆਂ, ਤੁਹਾਨੂੰ ਮੇ ਬੀ ਥੋੜ੍ਹੇ ਘੰਟੇ ਨੀਂਦ ਆਊਗੀ, ਲੇਕਿਨ ਉਹ ਨੀਂਦ ਚੈਨ ਵਾਲੀ ਨਹੀਂ ਹੋਊਗੀ। ਹੁਣ ਮੈਂ ਨਾ ਕੁਛ ਮਿੰਟ ਥੋੜ੍ਹੇ ਤੁਹਾਡੇ ਲੈਣੇ ਆ, ਪਤਾ ਨਹੀਂ ਕਿੰਨਾ ਟਾਈਮ ਹੈਗਾ ਪ੍ਰੋਗਰਾਮ ਦਾ ਤੁਹਾਡਾ। ਇਹਦੇ ਵਿੱਚ ਮੈਂ ਦੱਸਣਾ ਚਾਹੁੰਦਾ ਵੀ ਜਿਹੜੀ ਨੀਂਦ ਦੇ ਉੱਤੇ ਸਟੱਡੀ ਹੋਈ ਆ, ਘੱਟ ਤੋਂ ਘੱਟ ਤੁਹਾਨੂੰ 7 ਤੋਂ 9 ਘੰਟੇ ਨੀਂਦ ਚਾਹੀਦੀ ਆ। ਅਗਰ ਨੀਂਦ ਤੁਹਾਡੀ ਨੈਚੁਰਲ ਨਹੀਂ ਆ, ਇਹ ਅਨਨੈਚੁਰਲ ਆ, ਭਾਵੇਂ ਤੁਸੀਂ ਅਲਕੋਹਲ ਲੈ ਲਓ, ਸਲੀਪਿੰਗ ਪਿਲ ਲੈ ਲਓ, ਡਰੱਗਸ ਲੈ ਲਓ, ਅਗਰ ਨੈਚੁਰਲ ਨਹੀਂ ਆ ਤੇ ਉਹ ਰੈਮ ਤੇ ਨੋਨ ਰੈਮ ਸਾਈਕਲ ਪੂਰੇ ਨਹੀਂ ਹੁੰਦੇ। ਰੈਮ ਦਾ ਅਰਥ ਹੁੰਦਾ ਰੈਪਿਡ ਆਈ ਮੂਵਮੈਂਟ ਤੇ ਨੋਨ ਰੈਮ ਦਾ ਅਰਥ ਹੁੰਦਾ ਨੋਨ ਰੈਪਿਡ ਆਈ ਮੂਵਮੈਂਟ। ਸੋ ਰੈਮ ਸਲੀਪ ਦੇ ਵਿੱਚ 40 ਮਿੰਟ ਦਾ ਉਹ ਸਪਿੰਡਲ ਹੁੰਦਾ ਵੀ ਉਹਦੇ ਵਿੱਚ ਸਾਡੇ ਮਨ ਦੀ ਐਕਟੀਵਿਟੀ 9 ਟਾਈਮ ਜ਼ਿਆਦਾ ਐਂਪਲੀਫਾਈ ਹੁੰਦੀ ਆ। ਇਹ 'ਚ ਸਾਨੂੰ ਸੁਪਨੇ ਵੀ ਆਉਂਦੇ, ਖੁਆਬ ਵੀ ਆਉਂਦੇ ਆ, ਕਈ ਵਾਰ ਤੁਸੀਂ ਦੇਖਿਆ ਹੋਣਾ ਕਿਸੇ ਦੇ ਪੈਰ ਦੀ ਉਂਗਲਾਂ ਵੀ ਜਿਹੜੀਆਂ ਹੈਗੀਆਂ ਉਹ ਮੂਵ ਹੁੰਦੀਆਂ, ਹੱਥ ਵੀ ਮੜੇ ਜਿਹੇ ਮੂਵ ਹੁੰਦੇ ਆ, ਬੰਦੇ ਮਤਲਬ ਇਨਸਾਨ ਟੌਸ ਅਰਾਊਂਡ ਵੀ ਹੁੰਦਾ। ਉਹਦੇ ਬਾਅਦ ਫਿਰ ਜਿਹੜਾ 40 ਮਿੰਟ ਦਾ ਫੇਜ਼ ਆ ਉਹ ਨੋਨ ਰੈਮ ਐਂਡ ਬਿਲਕੁਲ ਜਿੱਦਾਂ ਲਾਸ਼ ਪਈ ਆ, ਖਾਲੀ ਸਾਹ ਚੱਲ ਰਿਹਾ, ਕੁਛ ਉਹਨੂੰ ਹੈ ਹੀ ਨਹੀਂ। ਸੋ ਇਹ ਜਿਹੜੇ ਹੈਗੇ 4 ਤੋਂ 6 ਸਪਿੰਡਲ ਚੱਲਦੇ ਆ, ਔਰ ਇਹ ਜ਼ਰੂਰੀ ਆ। ਕਿਉਂ? ਕਿਉਂਕਿ ਇਸ ਦੌਰਾਨ ਸਾਡਾ ਇਮਿਊਨ ਸਿਸਟਮ ਐਕਟੀਵੇਟ ਹੁੰਦਾ, ਸਾਡੇ ਬਾਡੀ ਦੇ ਵਿੱਚ ਨੈਚੁਰਲ ਕਿਲਰ ਸੈਲਸ ਜਿਹੜੇ ਹੈਗੇ ਆ ਉਹ ਆਉਂਦੇ ਆ ਤੇ ਉਹ ਵੇਅਰ ਐਂਡ ਟੇਅਰ ਰਿਪੇਅਰ ਕਰਦੇ। ਜਿੱਦਾਂ ਸਮਝੋ ਹੁਣ ਤੁਸੀਂ ਸੌਂ ਗਏ ਔਰ ਤੁਹਾਡੇ ਮੁਹੱਲੇ ਦੇ ਵਿੱਚ ਚੋਰ ਜਿਹੜੇ ਹੈਗੇ ਆ ਉਹ ਆ ਰਹੇ ਆ, ਲੇਕਿਨ ਅਗਰ ਤੁਹਾਡੇ ਕੋਲ ਸੀਕ੍ਰੈਟ ਸਰਵਿਸ ਏਜੰਟਸ ਹੈਗੇ ਆ ਜੇਮਸ ਬੌਂਡ ਵਰਗੇ 007, ਤਾਂ ਚੋਰਾਂ ਨੂੰ ਫੜ ਸਕਦੇ ਆ, ਭਾਵੇਂ ਉਹ 2 ਹੀ ਏਜੰਟ ਹੋਣ, ਕਾਫੀ ਚੋਰਾਂ ਨੂੰ ਤਲਾਸ਼ ਕਰ ਸਕਦੇ ਕਿਉਂਕਿ ਉਹਨਾਂ ਨੂੰ ਪਤਾ। ਸੋ ਉਹਨੂੰ ਕਹਿੰਦੇ ਨੈਚੁਰਲ ਕਿਲਰ ਸੈਲ। ਹੋਰ ਮੈਂ ਤੁਹਾਨੂੰ ਦੱਸੂਗਾ, ਅਗਰ ਤੁਹਾਡੀ ਨੀਂਦ 7 ਘੰਟੇ ਦੀ ਜਗ੍ਹਾ 5 ਘੰਟੇ ਹੋ ਜਾਏ, 70% ਉਹ ਡਰੋਪ ਹੋ ਜਾਂਦੇ 24 ਘੰਟੇ 'ਚ। ਇੱਕ ਦਿਨ ਨੀਂਦ ਤੁਹਾਡੀ ਖਰਾਬ ਹੋਈ 24 ਘੰਟੇ ਦੇ, ਜਿੱਥੇ 70% ਨੈਚੁਰਲ ਕਿਲਰ ਸੈਲ ਬਣਨੇ ਸੀ, ਸੋਰੀ 100% ਬਣੇ ਸੀ, ਉੱਥੇ 30% ਬਣ ਰਹੇ, 70% ਤੁਸੀਂ ਲੂਜ਼ ਕਰ ਗਏ। ਦੂਜੀ ਗੱਲ ਦੇਖੋ, ਅਸੀਂ ਨੌਰਥ ਅਮੈਰੀਕਾ 'ਚ ਬਹੁਤ ਵੱਡਾ ਐਕਸਪੈਰੀਮੈਂਟ ਕਰਦੇ ਹਾਂ ਔਰ ਸੰਸਾਰ ਭਰ 'ਚ 2 ਬਿਲੀਅਨ ਤੋਂ ਜ਼ਿਆਦਾ ਲੋਕ ਇਹਨੂੰ ਫੋਲੋ ਕਰਦੇ ਆ। ਉਹ ਕਹਿੰਦੇ ਡੇ ਲਾਈਟ ਸੇਵਿੰਗ ਟਾਈਮ। ਜਦੋਂ ਹੁਣ ਆ ਪਿਛਲੇ ਮਾਰਚ 'ਚ ਹੀ ਅਸੀਂ 1 ਘੰਟਾ ਪਿੱਛੇ ਨੂੰ ਲੈ ਗਏ ਵੀ ਅਸੀਂ ਡੇ ਲਾਈਟ ਸੇਵਿੰਗ ਕਰਨੀ ਆ, ਉਦੋਂ ਅਸੀਂ 1 ਘੰਟਾ ਲੂਜ਼ ਕੀਤਾ। ਅਗਲੇ ਦਿਨ 24% ਹਾਰਟ ਅਟੈਕ ਦੀ ਦਰ ਵੱਧ ਗਈ, 12 ਤੋਂ 15% ਮੋਟਰ ਵਹੀਕਲਰ ਦੀ ਦਰ ਵੱਧ ਗਈ ਤੇ 10% ਸੁਸਾਈਡ ਦੀ ਦਰ ਵੱਧ ਗਈ। ਜਦੋਂ ਆਟਮ ਹੋਣਾ, ਪਤਝੜ ਹੋਣਾ, 1 ਘੰਟਾ ਬੋਨਸ ਸਲੀਪ ਮਿਲਿਆ, 21% ਹਾਰਟ ਅਟੈਕ ਅਗਲੇ ਦਿਨ ਘੱਟ ਗਏ, ਐਕਸੀਡੈਂਟ ਘੱਟ ਗਏ, ਸੁਸਾਈਡ ਰੇਟ ਘੱਟ ਗਏ, ਸਿਰਫ 1 ਘੰਟੇ ਦਾ ਹੇਰ ਬਦੇਰ। ਦੇਖੋ ਦੂਜੀ ਗੱਲ, ਸਾਡੀ ਬਾਡੀ ਦੀ ਬਣਤਰ ਜਿਹੜੀ ਹੈਗੀ ਆ ਉਹ DNA ਕ੍ਰੋਮੋਸੋਮਸ, 47 ਕ੍ਰੋਮੋਸੋਮ ਆ ਤੇ 10,000 ਸਾਡੇ ਕੋਲ ਜੀਨ ਮਿਲਦਾ ਬਾਪ ਤੋਂ, 10,000 ਮਿਲਦਾ ਮਾਂ ਤੋਂ, 711 ਜੀਨਸ ਜਿਹੜੀਆਂ ਹੈਗੀਆਂ, ਮੈਡੀਕਲ ਰਿਸਰਚ ਦੱਸ ਰਿਹਾ ਮੈਂ ਤੁਹਾਨੂੰ ਹੁਣੇ ਆਈ, ਜਿਹੜੀ 711 ਜੀਨਸ ਆ ਉਹ ਆਪਣਾ ਕੰਮ ਕਰਨੀਆਂ ਜਾਂ ਵਧਾ ਦਿੰਦੀਆਂ ਜਾਂ ਇਹਦੇ ਵਿੱਚ 711 ਜੀਨਸ ਦੇ ਵਿੱਚੋਂ ਅਗਰ ਤੁਸੀਂ ਦੇਖੋ ਤਾਂ 50% ਉਹ ਜੀਨਸ ਨੇ ਜਿਹੜੀਆਂ ਐਕਟੀਵੇਟ ਜ਼ਿਆਦਾ ਹੋ ਜਾਂਦੀਆਂ, ਜਿਹਦੇ ਨਾਲ ਤੁਹਾਡਾ ਇਨਫਲਮੇਸ਼ਨ, ਕੈਂਸਰ, ਜਿਹਦੇ ਖਾਸ ਕਰਕੇ ਛਾਤੀ ਦਾ ਕੈਂਸਰ, ਪ੍ਰੋਸਟੇਟ ਮੀਨਸ ਗਦੂਦ ਦਾ ਤੇ ਬਾਵਲ ਮੀਨਸ ਆਂਤੜੀਆਂ ਦਾ, ਉਹ ਜੀਨਸ ਐਕਟੀਵੇਟ ਹੋ ਜਾਂਦੀਆਂ। ਔਰ ਗਠੀਆ, ਆਰਥਰਾਈਟਿਸ, ਆਟੋਇਮਿਊਨ ਡਿਜ਼ੀਜ਼, ਉਹ ਜੀਨਸ ਐਕਟੀਵੇਟ ਹੋ ਜਾਂਦੀਆਂ। ਔਰ ਜਿਹੜੀਆਂ 50% 711 ਦੇ ਵਿੱਚੋਂ ਜੀਨਸ ਸੀ ਉਹ ਥੱਲੇ ਨੂੰ ਚਲੇ ਜਾਂਦੀਆਂ, ਉਹ ਐਕਚੁਅਲੀ ਤੁਹਾਡੇ ਇਮਿਊਨ ਸਿਸਟਮ ਨੂੰ ਪ੍ਰੋਟੈਕਸ਼ਨ ਵਾਸਤੇ ਸੀ। ਸੋ ਬਿਲਕੁਲ ਇਹ ਸਟੱਡੀਜ਼ ਜ਼ਾਹਿਰ ਹੋਈਆਂ ਵੀ 1 ਹਫ਼ਤਾ ਅਗਰ ਇਨਸਾਨ 7 ਘੰਟੇ ਦੀ ਜਗ੍ਹਾ 4 ਘੰਟੇ ਉਹਨੂੰ ਨੀਂਦ ਦੇਈਏ ਤੇ ਚੇਂਜਸ ਅਸੀਂ ਦੇਖਦੇ ਹਾਂ DNA ਸਟਰਕਚਰ, ਜੀਨਸ ਦੇ ਸਟਰਕਚਰ 'ਚ। ਦੂਜਾ ਤੁਹਾਡੇ ਹਾਰਮੋਨਸ ਆ ਉਹ ਆਊਟ ਆਫ ਕੰਟਰੋਲ ਹੋ ਜਾਂਦੇ ਆ, ਜਿਹੜਾ ਬ੍ਰੇਨ ਆ ਉਹਦੇ ਉੱਤੇ ਅਸਰ ਪੈਂਦਾ, ਮੈਮਰੀ 'ਚ ਅਸਰ ਪੈਂਦਾ, ਈਵਨ ਲੈਕ ਆਫ ਸਲੀਪ ਅਲਜ਼ਾਈਮਰਸ, ਡਿਮੈਂਸ਼ੀਆ ਟ੍ਰਿਗਰ ਕਰਦੀ ਆ। ਸੋ ਨੀਂਦ ਬਹੁਤ ਜ਼ਰੂਰੀ ਆ। ਸੋ ਬੇਸਿਕਲੀ ਆਪਾਂ ਅਲਕੋਹਲ ਨੂੰ ਨਾ ਸੋਸਾਇਟੀ ਨੇ ਇੱਕ ਪੈਮਾਨਾ ਬਣਾ ਲਿੱਤਾ ਵੀ ਚਲੋ ਕੋਈ ਨਹੀਂ, ਸੋਸ਼ਲ ਡਰਿੰਕਿੰਗ ਕਰ ਲਓ, ਦੇਖੀ ਜਾਊਗੀ, ਫਰੈਂਡ ਵੀ ਕਰਦੇ ਆ, ਦੋਸਤ ਵੀ ਕਰਦੇ ਆ, ਰਿਸ਼ਤੇਦਾਰ ਵੀ ਕਰਦੇ ਆ। ਸੋ ਉਹ ਜਿਹੜੀ ਸੰਗਤ ਜਿਹੜੀ ਹੈਗੀ ਆ ਉਹ ਤੁਹਾਨੂੰ ਉਸ ਪਾਸੇ ਲੈ ਕੇ ਜਾ ਰਹੀ ਆ, ਇਹਦਾ ਕੋਈ ਫਾਇਦਾ ਨਹੀਂ, ਜੋ ਨੁਕਸਾਨ ਹੀ ਆ, ਇਹ ਪੱਲਿਓਂ ਪੈਸੇ ਦੇ ਕੇ ਬੋਡੀ ਖਰਾਬ ਕਰਨ ਵਾਲੀ ਗੱਲ ਆ। ਡਾਕਟਰ ਸਾਹਿਬ, ਜਿਹੜੀ ਨੀਂਦ ਆ ਇਹਦੇ ਵਿੱਚ 2 ਸਵਾਲ ਨੇ। ਕਈ ਲੋਕ ਜਦੋਂ ਸੌਂਦੇ ਆ ਉਹਨਾਂ ਨੂੰ ਸੁਪਨੇ ਬਹੁਤ ਆਉਂਦੇ ਆ ਰਾਤ ਨੂੰ, ਸਵੇਰੇ ਉੱਠ ਕੇ ਇੱਦਾਂ ਲੱਗਦਾ ਵੀ ਜਦੋਂ ਸਾਰੀ ਰਾਤ ਕੋਈ ਕੰਮ ਕਰਦੇ ਰਹੇ ਥੱਕੇ ਹੋ ਆ, ਕੀ ਜ਼ਿਆ ਕੁਛ ਲੋਕ ਕਹਿੰਦੇ ਵੀ ਜਿਹਨਾਂ ਨੂੰ ਸੁਪਨੇ ਜ਼ਿਆਦਾ ਆਉਂਦੇ ਆ ਉਹ ਕੋਈ ਮੈਂਟਲ ਪ੍ਰੋਬਲਮ ਆ, ਹੌਲੀ ਹੌਲੀ ਉਹ ਪਾਗਲ ਹੋ ਸਕਦੇ ਆ,
ਇਹ ਗੱਲ ਸਹੀ ਹੈ ਵੀ ਜ਼ਿਆਦਾ ਸੁਪਨਿਆਂ ਵਾਲੀ ਨੀਂਦ ਜਿਹੜੀ ਗੂੜੀ ਨੀਂਦ ਹੁੰਦੀ ਹੈ ਜਾਂ ਜਿਹਦੇ 'ਚ ਸੁਪਨੇ ਬਿਲਕੁਲ ਨਾ ਆਉਣ? ਹੈਰਾਨੀ ਵਾਲੀ ਗੱਲ ਹੈ, ਸਾਨੂੰ ਸਾਰਿਆਂ ਨੂੰ ਸੁਪਨੇ ਆਉਂਦੇ, ਘੱਟ ਤੋਂ ਘੱਟ 4 ਸੁਪਨੇ ਆਉਂਦੇ ਹਰ ਰਾਤ, ਔਰ ਸਾਨੂੰ ਉਹਦਾ ਕੋਈ ਬੋਧ ਨਹੀਂ ਹੈਗਾ। ਜਦੋਂ ਅਸੀਂ ਸੌਂ ਜਾਂਦੇ ਹਾਂ ਪੂਰੇ ਦਿਨ 'ਚ ਸਾਡਾ ਜੋ ਵੀ ਵਰਤੀਵਾ ਹੈਗਾ, ਗੁੱਡ ਬੈਡ ਅਗਲੀ, ਉਹ ਪਿਕਚਰ ਪਲੇ ਹੁੰਦੀ ਹੈ, ਜਿੱਦਾਂ ਨਹੀਂ ਰੀਲ ਪਲੇ ਹੁੰਦੀ ਆ ਪ੍ਰੋਜੈਕਟਰ ਤੋਂ ਉਹਦੇ ਸ਼ੂਟ ਹੁੰਦੀ ਆ, ਉਹ ਫਿਰ ਸਾਡਾ ਬ੍ਰੇਨ ਐਨਾਲਾਈਜ਼ ਕਰਦਾ ਵੱਖ ਵੱਖ ਤਰੀਕਿਆਂ ਦੇ ਨਾਲ। ਜਦੋਂ ਕੋਵਿਡ ਦਾ ਜਿੱਦਾਂ ਮਤਲਬ ਇਨੀਸ਼ਲ ਰਿਸਰਚ ਹੋਇਆ ਡ੍ਰੀਮਸ ਦੇ ਉੱਤੇ, ਸੁਪਨਿਆਂ ਦੇ ਉੱਤੇ, ਅਤੇ ਡਾਕਟਰ ਸੰਜੇ ਗੁਪਤਾ ਦੀ ਮੈਂ ਕੋਟੇਸ਼ਨ ਇੱਥੇ ਦੇ ਰਿਹਾ, ਉਹਨਾਂ ਨੇ ਬਹੁਤ ਸਾਰੇ ਲੋਕਾਂ ਦੇ ਨਾਲ ਚੈੱਕ ਕੀਤਾ ਅਤੇ ਉਹਨਾਂ ਨੂੰ ਪਤਾ ਕਿਹੜੇ ਸੁਪਨੇ ਆ ਰਹੇ ਸੀ ਵੀ ਜ਼ਬਾਨ ਦੇ ਵਿੱਚ ਕੀੜੇ ਜਿਹੜੇ ਹੈਗੇ ਆ ਉਹ ਆ ਰਹੇ ਆ ਜਾਂ ਉੱਡ ਰਹੇ ਆ, ਉਹਨਾਂ ਦੇ ਪਿੱਛੇ ਕੀੜੇ ਲੱਗ ਪਏ ਆ, ਮਤਲਬ ਖੌਫਨਾਕ ਡ੍ਰੀਮਸ। ਮਤਲਬ ਇਹ ਸੀ ਵੀ ਸਾਨੂੰ ਕੁਛ ਹੋ ਨਾ ਜਾਏ ਕੋਵਿਡ ਤੋਂ। ਜਿਹੜਾ ਡ੍ਰੀਮ ਆ ਉਹ ਤੁਸੀਂ ਡ੍ਰੀਮ ਦੇ ਵਿੱਚ ਕੁਛ ਵੀ ਕਰ ਸਕਦੇ ਹੋ, ਤੁਸੀਂ ਉੱਡ ਸਕਦੇ ਹੋ, ਤੁਸੀਂ ਸੁਪਰਮੈਨ ਬਣ ਸਕਦੇ ਹੋ, ਤੁਸੀਂ ਆਪਣਾ ਮੂੰਹ ਮੰਦਰਾ ਚੇਂਜ ਕਰ ਸਕਦੇ ਹੋ। ਸੋ ਉਹ ਤੁਹਾਡਾ ਜਿਹੜਾ ਹਿਡਨ ਜਿਹੜਾ ਸਬਕੌਂਸ਼ੀਅਸ ਮਾਇੰਡ ਆ ਪਲੇ ਕਰ ਰਿਹਾ ਹੁੰਦਾ। ਜਦੋਂ ਇੱਕ ਆਈਸਬਰਗ ਹੁੰਦਾ 10% ਉਹ ਪਾਣੀ ਤੋਂ ਬਾਹਰ ਆ ਅਤੇ 90% ਪਾਣੀ ਦੇ ਥੱਲੇ ਹੁੰਦਾ, ਉੱਦਾਂ ਹੀ ਸਾਡਾ ਸਬਕੌਂਸ਼ੀਅਸ ਮਾਇੰਡ 90% ਉਹਨੂੰ ਅਚੇਤ ਮਨ ਕਹਿੰਦੇ ਆ, ਉਹ ਸਾਡੇ ਕੈਪਚਰ 'ਚ ਨਹੀਂ ਹੁੰਦਾ। ਜਦੋਂ ਅਸੀਂ ਸੋਨੇ ਹਾਂ ਸਬਕੌਂਸ਼ੀਅਸ ਮਾਇੰਡ ਆਪਣੀ ਮੈਮਰੀਜ਼ ਇਮੋਸ਼ਨਸ ਰਿਲੀਜ਼ ਕਰਦਾ। ਪੂਰੇ ਦਿਨ 'ਚ ਸਾਡੇ ਨਾ ਕੁਛ ਚੰਗਾ ਬੁਰਾ ਤਾਂ ਵਾਪਰਦਾ ਹੀ ਆ, ਬੱਚਿਆਂ ਦੇ ਨਾਲ, ਸਾਡੇ ਨਾਲ, ਕੰਮਾਂ ਦੇ ਨਾਲ, ਰੋਡ ਦੇ ਉੱਤੇ, ਡੀਲਿੰਗ ਦੇ ਉੱਤੇ, ਬਿਜ਼ਨਸ ਦਾ ਨਫ਼ਾ ਨੁਕਸਾਨ ਜੋ ਵੀ ਆ। ਸੋ 4 ਘੱਟ ਤੋਂ ਘੱਟ ਸੁਪਨੇ ਰੋਜ਼ ਆਉਂਦੇ ਆ। ਅਗਰ ਸੁਪਨੇ ਦੌਰਾਨ ਅਸੀਂ ਉੱਠ ਜਾਈਏ ਉਹ ਸੁਪਨਾ ਚੇਤਾ ਰਹਿੰਦਾ। ਸੁਪਨੇ ਆਉਣਾ ਕੋਈ ਵੀ ਰੋਗ ਦੀ ਗੱਲ ਨਹੀਂ ਹੈਗੀ, ਸਾਰਿਆਂ ਨੂੰ ਹੀ ਆਉਂਦੇ ਆ। ਕਈ ਵਾਰ ਨਾ ਕਲਰਫੁੱਲ ਸੁਪਨੇ ਹੁੰਦੇ, ਕਈ ਵਾਰ ਬਲੈਕ ਐਂਡ ਵਾਈਟ ਸੁਪਨੇ ਹੁੰਦੇ ਆ। ਇੱਕ ਕੰਡੀਸ਼ਨ ਹੁੰਦੀ ਉਹਨੂੰ ਕਹਿੰਦੇ ਡੇਜਾਵੂ, DEJAVU। ਡੇਜਾਵੂ ਦਾ ਅਰਥ ਇਹ ਆ ਵੀ ਮੈਂ ਹਫ਼ਤਾ 10 ਦਿਨ ਪਹਿਲੇ ਇੱਕ ਸੁਪਨਾ ਦੇਖਿਆ, ਹੁਣ ਮੈਂ ਉਹੀ ਲੋਕੇਸ਼ਨ 'ਚ ਖਲੋਤਾ ਕੋਈ ਰੀਜ਼ਨ ਕਰਕੇ, ਕੋਈ ਬਿਜ਼ਨਸ ਮੀਟਿੰਗ ਸੀ ਜਾਂ ਮੈਂ ਵੈਕੇਸ਼ਨ 'ਚ ਚਲਾ ਗਿਆ। ਉਹ ਮੈਨੂੰ ਆਉਂਦਾ ਯਾਰ ਹਫ਼ਤਾ ਪਹਿਲਾਂ ਤਾਂ ਮੈਂ ਇਹ ਪਹਾੜ ਦੇਖੇ ਸੀ, ਇਹ ਮੈਂ ਨਦੀ ਦਾ ਕਿਨਾਰਾ ਦੇਖਿਆ, ਹੂ ਬਹੂ। ਉਹਨੂੰ ਡੇਜਾਵੂ ਕਹਿੰਦੇ ਆ। ਸੋ ਕਈ ਵਾਰ ਸੁਪਨੇ ਤੁਹਾਨੂੰ ਇਹ ਵੀ ਦੱਸ ਰਹੇ ਹੁੰਦੇ ਫਿਊਚਰ 'ਚ ਵੀ ਤੁਸੀਂ ਸ਼ਾਇਦ ਉਸ ਲੋਕੇਸ਼ਨ 'ਚ ਜਾਓਗੇ। ਸੋ ਇਹ ਬੜਾ ਕੰਪਲੈਕਸ ਹੈ, ਇਹਦੇ ਉੱਤੇ ਰਿਸਰਚ ਚੱਲ ਰਹੀ ਆ। ਦੂਜੀ ਗੱਲ ਇਹ ਸੀ ਵੀ ਨੀਂਦ ਕਈਆਂ ਨੂੰ ਠੀਕ ਨਹੀਂ ਆਉਂਦੀ, ਸਵੇਰੇ ਉੱਠਦੇ ਆ ਉਹਨਾਂ ਨੂੰ ਥੱਕੇਵਾਂ ਮਹਿਸੂਸ ਹੁੰਦਾ, ਉਹਦੇ 'ਚ ਜਿਹੜੇ ਰੈਮ ਔਰ ਨੋਨ ਰੈਮ ਪੈਟਰਨ ਆ ਉਹ ਆਊਟ ਆਫ ਕੰਟਰੋਲ ਹੋ ਗਏ, ਨਾ ਰੈਮ ਸਲੀਪ ਬਰੋਬਰ ਮਿਲ ਰਹੀ ਹੈ, ਨੋਨ ਰੈਮ ਸਲੀਪ ਬਰੋਬਰ ਮਿਲ ਰਹੀ ਆ। ਇੱਕ ਉਹਦਾ ਐਗਜ਼ਾਮਪਲ ਹੁੰਦਾ ਓਬਸਟ੍ਰਕਟਿਵ ਸਲੀਪ ਐਪਨੀਆ। ਜਦੋਂ ਨਾ ਆਪਾਂ ਕਈ ਵਾਰ ਸੋਨੇ ਆ, ਸਾਡੀ ਜ਼ਬਾਨ ਆ ਪਿੱਛੇ ਜਾ ਕੇ ਜਿਹੜੀ ਸਾਹ ਦੀ ਨਾਲੀ ਆ ਉਹਦੇ ਉੱਤੇ ਡਿੱਗ ਜਾਂਦੀ ਆ। ਸੋ ਉਦੋਂ ਜਦੋਂ ਸਾਹ ਨਹੀਂ ਆਉਂਦਾ ਹੌਲੀ 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 ਹੌਲੀ, ਅਸੀਂ ਉਦੋਂ ਚੌਕ ਹੁੰਦੇ ਹਾਂ, ਚੌਕ ਹੁੰਦੇ ਹਾਂ, ਫਿਰ ਘਰਾੜੇ ਬਹੁਤ ਵੱਧਦੇ ਵੱਧਦੇ ਵੱਧਦੇ, ਫਿਰ ਇੱਦਾਂ ਟਮਾ ਹੁੰਦਾ ਵੀ ਬਿਲਕੁਲ ਸਾਹ ਰੁਕ ਜਾਂਦਾ। ਉਹਨੂੰ ਕਹਿੰਦੇ ਐਪਨੀਆ, APNE ਹੈ। ਅਗਰ ਉਹ 20 ਸੈਕਿੰਡ ਤੋਂ ਉੱਤੇ ਹੋਏ ਤਾਂ ਬਹੁਤ ਡੇਂਜਰਸ ਆ, 20 ਸੈਕਿੰਡ ਤੋਂ ਥੱਲੇ ਹੋਏ ਤਾਂ ਬੋਡੀ ਨੂੰ ਕੁਛ ਨਹੀਂ ਹੁੰਦਾ, ਲੇਕਿਨ ਹਾਰਟ ਦੇ ਉੱਤੇ ਵੀ ਲੋਡ ਪੈਂਦਾ, ਬ੍ਰੇਨ ਦੇ ਉੱਤੇ ਵੀ ਲੋਡ ਪੈਂਦਾ। ਉਦੋਂ ਕਈ ਵਾਰ ਬੋਡੀ ਤੁਹਾਨੂੰ ਪਾਸਾ ਮੋੜ ਲੈਂਦੀ ਆ, ਤੁਸੀਂ ਬ੍ਰੀਥ ਕਰਨ ਲੱਗ ਪੈਂਦੇ ਹੋ। ਕਈ ਵਾਰ ਤੁਹਾਡਾ ਪਾਰਟਨਰ ਜਿਹੜਾ ਹੈਗਾ ਤੁਹਾਡੇ ਨਾਲ ਸੁੱਤਾ, ਤੁਹਾਡੇ ਹਸਬੈਂਡ ਜਾਂ ਵਾਈਫ, ਉਹ ਘਰਾੜੇ ਸੁਣ ਰਹੇ ਹੁੰਦੇ ਆ, ਕੂਣੀ ਮਾਰਦੇ ਆ ਜਾਂ ਲੱਤ ਮਾਰਦੇ, ਤੁਸੀਂ ਸਾਈਡ 'ਚ ਹੋ ਜਾਂਦੇ ਹੋ। ਸੋ ਇਹਦੀ ਚੈੱਕਅਪ ਕਰਾਉਣੀ ਚਾਹੀਦੀ ਆ, ਇਹਨੂੰ ਕਹਿੰਦੇ ਆ ਓਬਸਟ੍ਰਕਟਿਵ ਸਲੀਪ ਐਪਨੀਆ। ਅਤੇ ਇੱਕ ਸਲੀਪ ਟੈਸਟ ਦੇ ਨਾਲ ਹੋ ਜਾਂਦਾ, ਔਰ ਅੱਜ ਕੱਲ੍ਹ ਉਹ ਜਿਹੜਾ ਐਪ ਆ ਸਮਾਰਟਫੋਨ 'ਚ ਮਿਲ ਜਾਂਦਾ, ਔਰ ਤੁਸੀਂ ਆਪਣੇ ਬੈੱਡ ਦੇ ਨਾਲ ਰੱਖਿਆ ਹੋਏ ਉਹ ਰਿਕਾਰਡ ਕਰਦਾ ਰਹਿੰਦਾ, ਤੁਹਾਡਾ ਹਾਰਟ ਰੇਟ, ਤੁਹਾਡੀ ਬਰੀਥਿੰਗ, ਈਵਨ ਕਿੰਨਾ ਕੁ ਆਕਸੀਜਨ ਜਾ ਰਿਹਾ, ਉਹਦੇ ਨਾਲ ਪੈਟਰਨ ਮਿਲਦਾ। ਫਿਰ ਉਹ ਮਸ਼ੀਨ ਹੁੰਦੀ ਆ, ਉਹਨੂੰ ਕਹਿੰਦੇ ਆ ਸੀਪੈਪ ਮਸ਼ੀਨ। ਬਾਕੀ ਥਾਇਰੋਇਡ ਪ੍ਰੋਬਲਮ ਕਰਕੇ, ਆਇਰਨ ਦੀ ਪ੍ਰੋਬਲਮ ਕਰਕੇ, B12 ਡੈਫੀਸ਼ੀਐਂਸੀ ਕਰਕੇ, ਬਟ ਬਹੁਤਾ ਕਰਕੇ ਜਿਹੜਾ ਨੀਂਦ ਦਾ ਵਜੂਦ ਹੁੰਦਾ ਉਹ ਸਟ੍ਰੈਸ ਕਰਕੇ ਹੁੰਦਾ, ਡਿਪਰੈਸ਼ਨ ਕਰਕੇ ਹੁੰਦਾ, ਚਿੰਤਾਵਾਂ ਕਰਕੇ ਹੁੰਦਾ। ਡਾਕਟਰ ਸਾਹਿਬ ਇੱਕ ਹੋਰ ਸਵਾਲ ਇੱਥੇ ਪੈਦਾ ਹੁੰਦਾ, ਕਈ ਲੋਕ ਕਹਿੰਦੇ ਵੀ ਜੇ ਜਦੋਂ ਘਰਾੜੇ ਵੱਜਦੇ ਆ ਵੀ ਇਹ ਬੰਦਾ ਬਹੁਤ ਗੂੜੀ ਨੀਂਦ ਸੁੱਤਾ ਪਿਆ, ਦੇਖੋ ਕਿੱਦਾਂ ਘਰਾੜੇ ਮਾਰ ਰਿਹਾ ਸੁੱਤਾ ਪਿਆ। ਘਰਾੜੇ ਵੱਜਣ ਵਾਲੀ ਨੀਂਦ ਚੰਗੀ ਹੁੰਦੀ ਆ ਕਿ ਉਹਦੇ ਤੋਂ ਬਿਨਾਂ ਵਾਲੀ? ਘਰਾੜੇ ਵਾਲੀ ਨੀਂਦ ਚੰਗੀ ਨਹੀਂ ਹੁੰਦੀ, ਕਿਉਂਕਿ ਤੁਹਾਡਾ ਏਅਰਵੇ ਹੈ ਨਾ, ਦੇਖੋ ਜਦੋਂ ਬੱਚਾ ਜੰਮਦਾ ਉਹਨੂੰ ਚੇਤਾ ਨਹੀਂ ਆ, ਉਹਨੇ ਮੂੰਹ ਤੋਂ ਬਰੀਥ ਕਰਨਾ, ਉਹ ਨੱਕ ਤੋਂ ਹੀ ਬਰੀਥ ਕਰੇਗਾ। ਔਰ ਜਦੋਂ ਆਪਾਂ ਸੌਂ ਜਾਂਦੇ ਹਾਂ ਦਿਨ ਦੇ ਟਾਈਮ ਦਾ ਤਾਂ ਮੂੰਹ ਤੋਂ ਵੀ ਅਸੀਂ ਬਰੀਥ ਕਰ ਸਕਦੇ ਹਾਂ, ਸਾਡਾ ਫਿਰ ਉਹ ਪ੍ਰਿਮਿਟਿਵ ਐਸਪੈਕਟ ਚਲੇ ਜਾਂਦਾ ਵੀ ਮੋਸਟਲੀ ਅਸੀਂ ਨੱਕ ਤੋਂ ਹੀ ਬਰੀਥਿੰਗ ਲੈਣੀ ਆ। ਅਤੇ ਮੀਨਸ ਵੀ ਜਾਂ ਤਾਂ ਨੱਕ ਦੇ ਵਿੱਚ ਐਡੀਨੋਇਡਸ ਹੈਗੇ ਆ, ਸਵੈਲਿੰਗ ਹੈਗੀ ਆ, ਐਲਰਜੀ ਹੈਗੀ ਆ, ਸਾਈਨਸ ਪ੍ਰੋਬਲਮ ਹੈਗੀ ਆ, ਵੀ ਹਵਾ ਜਾਣ 'ਚ ਟਰਬਲ ਆ, ਜਾਂ ਫਿਰ ਜ਼ਬਾਨ ਜਿਹੜੀ ਹੈਗੀ ਆ ਉਹ ਫਾਲ ਬੈਕ ਹੋ ਰਹੀ ਆ ਏਅਰਵੇ ਦੇ ਉੱਤੇ, ਟਰੈਕੀਆ ਦੇ ਉੱਤੇ,
ਜਿਹੜੀ ਸਾਹ ਲੈਣ ਵਾਲੀ ਨਾਲੀ ਆ, ਤੇ ਘਰਾੜੇ ਵੱਜਣਾ ਇੱਕ ਮੇਰੇ ਖਿਆਲ ਨਾਲ ਰੋਗ ਦਾ ਇੱਕ ਚਿੰਨ੍ਹ ਹੈਗਾ। ਇਹਦੀ ਇਵੈਲੂਏਸ਼ਨ ਕਰਨੀ ਚਾਹੀਦੀ ਆ, ਤੁਹਾਡਾ ਈਅਰ ਨਸ ਥਰੋਟ ਚੈੱਕ ਕਰਨਾ ਚਾਹੀਦਾ, ਸਲੀਪ ਸਟੱਡੀ ਕਰਨੀ ਚਾਹੀਦੀ ਆ ਤਾਂ ਕਿ ਕਾਰਨ ਦਾ ਪਤਾ ਲੱਗੇ। ਜਦੋਂ ਕਾਰਨ ਦਾ ਪਤਾ ਲੱਗਿਆ ਉਹਦਾ ਟ੍ਰੀਟਮੈਂਟ ਹੈਗਾ, ਐਕਚੁਅਲੀ ਘਰਾੜਿਆਂ ਦਾ ਟ੍ਰੀਟਮੈਂਟ ਹੈਗਾ। ਅਗਰ ਸਮਝੋ ਤੁਹਾਨੂੰ ਓਬਸਟ੍ਰਕਟਿਵ ਸਲੀਪ ਐਪਨੀਆ ਨਹੀਂ ਹੈਗਾ, ਸਲੀਪ ਟੈਸਟ ਤੁਹਾਡਾ ਨੱਕ ਵੀ ਠੀਕ ਆ, ਤੇ ਜਿਹੜਾ ਤਾਂ ਹੈਗਾ ਜਿਹੜਾ ਅੰਦਰ ਯੂਲਾ ਕਹਿੰਦੇ ਮਿਡਲ ਚ, ਜਿੱਦਾਂ ਮੈਨੂੰ ਉਹਦਾ ਪੰਜਾਬੀ ਲਫ਼ਜ਼ ਨਹੀਂ ਆਉਂਦਾ, UVULA ਯੂਵਲਾ ਕਹਿੰਦੇ ਮਿਡਲ ਚ ਉਹਨੂੰ, ਤਾਂ ਵੀ ਕਹਿੰਦੇ ਆ, ਉਹਦਾ ਲੇਜ਼ਰ ਵੀ ਕੀਤਾ ਜਾ ਸਕਦਾ, ਬਟ ਉਹ ਗਵਰਨਮੈਂਟ ਪੈਸੇ ਨਹੀਂ ਦਿੰਦੀ, ਉਹ ਕੋਸਮੈਟਿਕਸ ਚ ਆਉਂਦਾ, ENT ਸਰਜਨ ਕਈ ਵਾਰ ਕਰ ਸਕਦੇ ਆ, ਲੇਕਿਨ ਕਾਰਨ ਜ਼ਰੂਰ ਲੱਭਣਾ ਚਾਹੀਦਾ। ਬਹੁਤਾ ਕਰਕੇ ਓਬਸਟ੍ਰਕਟਿਵ ਸਲੀਪ ਐਪਨੀਆ ਹੀ ਹੁੰਦਾ, ਐਡਲਟਸ ਚ ਬੱਚਿਆਂ ਚ ਐਲਰਜੀਸ ਕਰਕੇ, ਐਡੇਨੋਇਡਸ ਕਰਕੇ ਹੁੰਦਾ। ਡਾਕਟਰ ਸਾਹਿਬ, ਤੁਸੀਂ ਜਿਹੜਾ ਸਾਡਾ ਆਖਰੀ ਟੌਪਿਕ ਆ ਅੱਜ ਤੁਹਾਡੇ ਕੋਲ, ਜਿਹਦੇ ਬਾਰੇ ਜਾਣਕਾਰੀ ਲੈਣੀ ਹੈ, ਤੁਸੀਂ ਸਲੀਪ ਦਾ ਸੰਬੰਧ ਦੱਸਿਆ ਇਮਿਊਨਿਟੀ ਦੇ ਨਾਲ, ਕਿ ਕਿਸ ਤਰ੍ਹਾਂ ਉਹ ਡਿਕਰੀਜ਼ ਹੁੰਦੀ ਹੈ। ਇਨ ਜਨਰਲ ਜੇ ਇਮਿਊਨਿਟੀ ਕਿਸੇ ਨੇ ਆਪਣੀ ਵਧਾਉਣੀ ਹੋਵੇ, ਕੁਛ ਲੋਕ ਕਹਿੰਦੇ ਆ ਵੀ ਉਹਨੂੰ ਮਿੱਟੀ ਰੇਤਾ 'ਚ ਬਾਹਰ ਪਹਾੜਾਂ 'ਚ ਜੰਗਲਾਂ 'ਚ ਫਿਰਨਾ ਚਾਹੀਦਾ, ਵਾਕ ਕਰਨੀ ਚਾਹੀਦੀ ਆ, ਜਿੰਨਾ ਉਹਦਾ ਵਾਹ ਇੱਦਾਂ ਦੀਆਂ ਚੀਜ਼ਾਂ ਨਾਲ ਪਊਗਾ ਉਹਦੀ ਇਮਿਊਨਿਟੀ ਸਟਰੋਂਗ ਹੋ ਜੂਗੀ। ਕੁਛ ਲੋਕ ਕਹਿੰਦੇ ਉਹਨੂੰ ਜਿਹੜੀਆਂ ਕੁਛ ਰਸੋਈ ਦੇ ਵਿੱਚ ਚੰਗੀਆਂ ਚੀਜ਼ਾਂ ਹੁੰਦੀਆਂ, ਹਲਦੀ, ਹਰੜ, ਬਹੇੜਾ, ਅਸ਼ਵਗੰਧਾ, ਸਰਪਗੰਧਾ, ਦਾਲਚੀਨੀ, ਇਹਨਾਂ ਚੀਜ਼ਾਂ ਦੀ ਵਰਤੋਂ ਕਰਨੀ ਚਾਹੀਦੀ ਹੈ ਤਾਂ ਇਮਿਊਨਿਟੀ ਜ਼ਿਆਦਾ ਵੱਧ ਸਕਦੀ ਹੈ। ਇਮਿਊਨਿਟੀ ਵਧਾਉਣ ਦਾ ਕੋਈ ਫਾਰਮੂਲਾ ਹੈ ਜੀ ਕਿ ਅੰਦਰੋਂ ਬੰਦਾ ਸਟਰੋਂਗ ਹੋ ਜਾਵੇ, ਕੋਈ ਬਿਮਾਰੀ ਲੱਗੇ ਹੀ ਨਾ? ਬਿਲਕੁਲ, ਇਮਿਊਨਿਟੀ ਜਿਹੜੀ ਦੇਖੋ, ਜਦੋਂ ਅਸੀਂ ਜੰਮਦੇ ਹਾਂ ਸਾਨੂੰ ਪਰਮਾਤਮਾ ਨੇ ਇਮਿਊਨ ਸਿਸਟਮ ਦਿੱਤਾ ਜਿਹੜਾ ਸਾਨੂੰ ਪੂਰੀ ਉਮਰ ਸਾਡੀ ਰੱਖਿਆ ਕਰਦਾ, ਸਾਡੀ ਇੰਟਰਨਲ ਫੌਜ ਆ, ਆਰਮੀ ਆ, ਸਾਨੂੰ ਉਹ ਪ੍ਰੋਟੈਕਟ ਕਰਦਾ, ਉਹ ਸਾਡੀ ਬੋਡੀ ਨੂੰ ਆਈਡੈਂਟੀਫਾਈ ਕਰਦਾ ਵੀ ਇਹ ਮੇਰੀ ਆ, ਅਤੇ ਕੋਈ ਵੀ ਉੱਪਰਲੀ ਚੀਜ਼ ਆਉਂਦੀ ਆ, ਉੱਪਰਲੀ ਚੀਜ਼ ਜਿੱਦਾਂ ਬੈਕਟੀਰੀਆ, ਵਾਇਰਸ, ਫੰਗਸ, ਕੁਛ ਵੀ ਬੋਡੀ 'ਚ ਆਇਆ ਤਾਂ ਉਹਨੂੰ ਉਹ ਹੈਂਡਲ ਕਰਨ ਦੀ ਸ਼ਮਤਾ ਬਹੁਤਾ ਤਰ ਰੱਖਦਾ। ਅਗਰ ਇਮਿਊਨ ਸਿਸਟਮ ਫੇਲ ਹੋਏ ਤਾਂ ਫਿਰ ਉਹ ਇਨਫੈਕਸ਼ਨ ਪਣਪਦਾ ਬੋਡੀ ਦੇ ਵਿੱਚ। ਹੁਣ ਇਹਦੇ ਵਿੱਚ ਇਹ ਲਾਈਫ ਸਟਾਈਲ ਦਾ ਇਸ਼ੂ ਆ, ਲਾਈਫ ਸਟਾਈਲ ਮੀਨਸ ਤਰਜ਼ੇ ਜ਼ਿੰਦਗੀ। ਨੰਬਰ 1 ਇਹਦੇ ਵਿੱਚ ਆਉਂਦਾ 7 ਘੰਟੇ ਤੋਂ 9 ਘੰਟੇ ਨੀਂਦ। ਜਿੱਦਾਂ ਮੈਂ ਦੱਸਿਆ ਤੁਹਾਡੀ ਜੀਨਸ ਜਿਹੜੀਆਂ ਹੈਗੀਆਂ ਇਮਿਊਨ ਸਿਸਟਮ ਦੀਆਂ, ਉਹ ਡੋਰਮੈਂਟ ਹੋ ਜਾਂਦੀ ਅਗਰ ਨੀਂਦ ਠੀਕ ਨਹੀਂ ਆਈ। ਨੰਬਰ 2 ਹੈਗਾ ਵੀ ਜਿਹੜਾ ਨਾ ਹੈਲਦੀ ਵੇਟ ਚਾਹੀਦਾ, ਤੁਹਾਡਾ ਬੋਡੀ ਮਾਸ ਇੰਡੈਕਸ 25 ਤੋਂ ਥੱਲੇ ਚਾਹੀਦਾ। ਤੁਸੀਂ ਗੂਗਲ 'ਚ ਵੀ ਕੈਲਕੂਲੇਟ ਕਰ ਸਕਦੇ ਹੋ ਆਪਣਾ ਵੇਟ ਕਿਲੋਗ੍ਰਾਮ ਹਾਈਟ ਸੈਂਟੀਮੀਟਰ 'ਚ ਪਾ ਕੇ BMI ਉਹ ਸ਼ੋ ਕਰੇਗਾ। ਤੀਜੀ ਗੱਲ ਹੈਗੀ ਆ ਵੀ ਐਕਸਰਸਾਈਜ਼, ਜਦੋਂ ਵੀ ਆਪਾਂ ਐਕਸਰਸਾਈਜ਼ ਕਰਦੇ ਹਾਂ ਘੱਟ ਤੋਂ ਘੱਟ, ਦੇਖੋ ਹੈਲਥ ਕੈਨੇਡਾ 30 ਮਿੰਟ ਕਹਿੰਦੀ ਹੈ, ਬਟ ਮੈਂ ਕਹੂੰਗਾ ਵੀ 1 ਘੰਟਾ ਆਪਾਂ ਨੂੰ ਕਰਨੀ ਚਾਹੀਦੀ ਆ। ਜਦੋਂ ਐਕਸਰਸਾਈਜ਼ ਕਰਦੇ ਹਾਂ ਪੂਰੀ ਬੋਡੀ ਦੇ ਵਿੱਚ ਖੂਨ ਦੀ ਗਰਦਿਸ਼ ਵੱਧਦੀ ਆ, ਸਾਡਾ ਇਮਿਊਨ ਸਿਸਟਮ ਨਵੇਂ ਨਵੇਂ ਸੈੱਲ ਬਣਾਉਂਦਾ, ਜਿਹੜਾ ਵੇਅਰ ਐਂਡ ਟੀਅਰ ਆ ਉਹ ਠੀਕ ਹੁੰਦਾ। ਸੋ ਐਕਸਰਸਾਈਜ਼ ਰੋਜ਼ ਕਰਨੀ ਚਾਹੀਦੀ ਆ। ਚੌਥੀ ਗੱਲ, ਤੁਸੀਂ ਜਿਹੜੇ ਖਾਣਿਆਂ ਦੀ ਜ਼ਿਕਰ ਕੀਤੀ, ਦੇਖੋ ਕਾਫੀ ਕਲਚਰ ਹੈ ਜਿਹਦੇ ਵਿੱਚ ਤੁਸੀਂ ਜਿਹੜੇ ਚੀਜ਼ਾਂ ਮੈਂਸ਼ਨ ਕੀਤੀਆਂ, ਦੇਸੀ ਚੀਜ਼ਾਂ ਵੀ, ਹਰੜ ਅਤੇ ਹੋਰ ਚੀਜ਼ਾਂ, ਉਹ ਨਹੀਂ ਯੂਜ਼ ਹੁੰਦੀਆਂ, ਲੇਕਿਨ ਉਹਨਾਂ ਦਾ ਵੀ ਇਮਿਊਨ ਸਿਸਟਮ ਤਗੜਾ। ਲੇਕਿਨ ਜਿਹੜੀ ਚੀਜ਼ ਆਪਾਂ ਨਹੀਂ ਯੂਜ਼, ਉਹ ਚੀਜ਼ਾਂ ਕਰ ਲਓ ਯੂਜ਼ ਜਿਹੜਾ ਤੁਹਾਡਾ ਕਲਚਰ ਤੁਹਾਨੂੰ ਕਹਿੰਦਾ ਕਰਨ ਨੂੰ, ਕਾਲੀਆਂ ਮਿਰਚਾਂ, ਅਦਰਕ, ਲਸਣ, ਜੋ ਵੀ ਤੁਸੀਂ ਨਾ ਲਿੱਤੇ, ਮੈਨੂੰ ਸਾਰਿਆਂ ਦੇ ਨਾਮ ਵੀ ਨਹੀਂ ਚੇਤੇ, ਲੇਕਿਨ ਸ਼ੂਗਰ ਵਾਲੀ ਚੀਜ਼ਾਂ ਨਾ ਲਓ। ਜਿਹੜਾ ਸ਼ੂਗਰ ਆ ਉਹ ਇਮਿਊਨ ਸਿਸਟਮ ਨੂੰ ਖਰਾਬ ਕਰਦਾ। ਜਿਹੜਾ ਵੀ ਸ਼ੂਗਰ ਕੰਟੇਨਿੰਗ ਲਿਕੁਇਡ ਲੈ ਲਓ, ਸ਼ੂਗਰ ਕੰਟੇਨਿੰਗ ਫੂਡ ਲੈ ਲਓ, ਜਾਂ ਪ੍ਰੋਸੈਸਡ ਸ਼ੂਗਰ ਜਿਵੇਂ ਬਾਕਸਿਸ 'ਚ ਆ ਰਹੀ ਆ, ਫੈਕਟਰੀਆਂ 'ਚ ਬਣ ਬਣ ਕੇ ਚੋਕਲੇਟਸ ਆ ਰਹੀਆਂ, ਜਾਂ ਹੋਰ ਸ਼ੂਗਰ ਕੰਟੇਨਿੰਗ ਸੀਰੀਅਲਸ ਆ ਰਹੇ ਆ, ਸੋ ਸ਼ੂਗਰ ਤੁਹਾਡਾ ਇਮਿਊਨ ਸਿਸਟਮ ਨੂੰ ਥੱਲੇ ਕਰੂਗਾ। ਬਾਕਾਇਦਾ ਸਟੱਡੀਜ਼ ਹੈਗੀਆਂ ਵੀ ਸ਼ੂਗਰ ਕੰਟੇਨਿੰਗ ਡਰਿੰਕ ਤੁਹਾਡਾ ਇਮਿਊਨ ਸਿਸਟਮ ਖਰਾਬ ਕਰੂਗਾ। ਜਿਹੜਾ ਲਸਣ ਹੈਗਾ ਉਹ ਨੰਬਰ 1 'ਚ ਆਇਆ ਐਕਚੁਅਲੀ, ਇਸ ਲਈ ਤੁਸੀਂ ਦੇਖੋ ਗੋਰੇ ਵੀ ਲਸਣ ਦੇ ਕਈ ਵਾਰ ਕੈਪਸੂਲ ਲੈਂਦੇ ਆ, ਕਿਉਂਕਿ ਉਹ ਆਪਣੇ ਖਾਣੇ 'ਚ ਇੰਨਾ ਨਹੀਂ ਪਾਉਂਦੇ, ਅਸੀਂ ਥੋੜ੍ਹਾ ਬਹੁਤ ਪਾਉਂਦੇ ਹਾਂ ਲੇਕਿਨ ਕਈ ਵਾਰ ਅਸੀਂ ਉਹਦੇ ਸਮੈਲ ਤੋਂ ਡਰਦੇ ਹਾਂ, ਸੋ ਲਸਣ ਨੰਬਰ 1 'ਚ ਸੀ। ਬਾਕੀ ਜਿਹੜੀਆਂ ਐਂਟੀ ਇਨਫਲੇਮੇਟਰੀ ਚੀਜ਼ਾਂ ਸੀ, ਅਦਰਕ ਆ, ਕਾਲੀਆਂ ਮਿਰਚਾਂ ਇਤਿਆਦਿ, ਔਰ ਪਾਣੀ ਜਿਹੜਾ ਹੈਗਾ, ਦੇਖੋ ਇਹਦੇ 'ਚ ਫਿਰ ਆਊਗਾ ਜਿਹੜਾ ਹੈਲਥ ਕੈਨੇਡਾ ਦਾ ਫੂਡ ਗਾਈਡ ਆ, ਉਹ ਗੋਲ ਪਲੇਟ ਆ, ਅੱਧੀ ਪਲੇਟ ਆ ਫਰੂਟ ਔਰ ਸਬਜ਼ੀਆਂ। ਜਦੋਂ ਆਪਾਂ ਫਰੂਟ 'ਚ ਦੇਖਾਂਗੇ ਉਹਦੇ 'ਚ ਵੱਖ ਵੱਖ ਕਲਰ ਆ, ਔਰ ਉਹਦੇ 'ਚ ਰੈੱਡ ਕਲਰ ਤੋਂ ਸਾਨੂੰ ਬੀ ਕੰਪਲੈਕਸ ਮਿਲੂਗਾ, ਜਿਹੜੇ ਪੀਲੇ ਔਰ ਦੂਜੇ ਸਿਟਰਸ ਹੈਗੇ ਉਹ 'ਚੋਂ ਵਾਈਟਮਿਨ ਸੀ ਮਿਲੂਗਾ, ਜਿਹੜੇ ਬੀਜ ਵਗੈਰਾ ਹੈਗੇ ਆ, ਦਾਣੇ ਹੈਗੇ ਆ, ਸੀਡਸ ਹੈਗੇ ਆ, ਉਸ ਤੋਂ ਸਾਨੂੰ ਮਾਈਕਰੋ ਨਿਊਟ੍ਰੀਐਂਟਸ ਮਿਲਣਗੇ, ਵਾਈਟਮਿਨ ਏ ਮਿਲੂਗਾ। ਸੋ ਸਾਰੀਆਂ ਚੀਜ਼ਾਂ ਉਹ ਹੈਲਥ ਕੈਨੇਡਾ ਦੀ ਪਲੇਟ ਤੋਂ ਸਾਨੂੰ ਮਿਲ ਸਕਦੀਆਂ। ਚੌਥੀ ਗੱਲ ਸੀ ਵੀ ਸ਼ਰਾਬ ਨਹੀਂ ਪੀਣੀ ਅਤੇ ਸਿਗਰਟ ਨਹੀਂ ਪੀਣੀ। ਸਿਗਰਟ ਵੀ ਇਮਿਊਨ ਸਿਸਟਮ ਨੂੰ ਖਰਾਬ ਕਰੂਗਾ ਅਤੇ ਸ਼ਰਾਬ ਵੀ ਇਮਿਊਨ ਸਿਸਟਮ ਨੂੰ ਖਰਾਬ ਕਰੂਗੀ। ਪੰਜਵਾਂ ਇਹਦੇ ਵਿੱਚ ਵੱਡੀ ਗੱਲ ਇਹ ਹੈਗੀ ਆ ਵੀ ਜਿੰਨਾ ਵੀ ਤੁਸੀਂ
ਜਿੱਦਾਂ ਆਪਾਂ ਪਹਿਲਾਂ ਵੀ ਕਹਿੰਦੇ ਆਏ ਹਾਂ ਵੀ ਜਿੰਨਾ ਵੀ ਐਕਸਪੋਜ਼ ਰਹੋਗੇ ਜਰਮਸ ਨੂੰ, ਜਿੱਦਾਂ ਘੱਟਾ ਮਿੱਟੀ, ਤੁਹਾਡਾ ਇਮਿਊਨ ਸਿਸਟਮ ਓਨਾ ਹੀ ਚੌਕਨ ਰਹੂਗਾ। ਸੋ ਕੁਛ ਇੱਕ ਇਹ ਚੀਜ਼ਾਂ ਹੈਗੀਆਂ, ਇਹਦੀ ਕੋਈ ਦਵਾਈ ਨਹੀਂ ਹੈਗੀ ਵੀ ਆਹ ਦਵਾਈ ਦੇ ਦਿਓ ਤੁਹਾਡਾ ਇਮਿਊਨ ਸਿਸਟਮ ਬੂਸਟ ਹੋ ਜਾਊਗਾ, ਆਹ ਖਾਣਾ ਖਾ ਲਓ ਤੁਹਾਡਾ ਇਮਿਊਨ ਸਿਸਟਮ ਬੂਸਟ ਹੋ ਜਾਊਗਾ। ਨਹੀਂ, ਇਮੀਡੀਏਟਲੀ ਔਨ ਆਫ ਬਟਨ ਇਹਦਾ ਨਹੀਂ ਹੈਗਾ, ਇਹ ਤਰਜ਼ੇ ਜ਼ਿੰਦਗੀ ਔਰ ਲਾਈਫ ਸਟਾਈਲ ਦੇ ਨਾਲ ਡਿਪੈਂਡੈਂਟ ਹੈਗੀ ਆ। ਔਰ ਹਰ ਇੱਕ ਬੰਦਾ ਆਪਣਾ ਲਾਈਫ ਸਟਾਈਲ ਇੰਪਰੂਵ ਕਰ ਸਕਦਾ, ਕਿਉਂ ਨਹੀਂ ਕਰ ਸਕਦਾ? ਅਗਰ ਆਪਾਂ ਸਟਾਰਟ ਕਰੀਏ ਹੁਣ ਤੋਂ, ਕਰੀਏ 40 ਦਿਨ ਅਗਰ ਉਹ ਕੰਮ ਕਰੀਏ ਤਾਂ ਸੁਭਾਅ ਬਣ ਜਾਂਦਾ। ਸੋ ਮੈਂ ਫਿਰ ਕਹੂੰਗਾ ਵੀ ਆਪਾਂ WHO ਜੀ ਸਾਈਟ 'ਚ ਉਹਨਾਂ ਨੇ 7 ਜਿਹੜੀਆਂ ਚੀਜ਼ਾਂ ਮੈਂ ਲਿਸਟ ਕੀਤੀਆਂ, ਉਹਨਾਂ ਨੇ ਨੰਬਰ 1 ਤੋਂ ਸਲੀਪ, ਨੰਬਰ 2 ਐਕਸਰਸਾਈਜ਼, ਨੰਬਰ 3 ਨੋ ਸ਼ੂਗਰ ਕੰਟੇਨਿੰਗ ਡਰਿੰਕ, ਅਤੇ ਉਹ ਬਾਅਦ 'ਚੋਂ ਜਿਹੜੀਆਂ ਅਲਕੋਹਲ ਅਤੇ ਸਿਗਰਟ ਅਤੇ ਜਿਹੜਾ ਵੇਟ ਮੇਨਟੇਨ ਕਰਨਾ। ਹਾਂ, ਔਰ ਸਟ੍ਰੈਸ, ਜਿਹੜਾ ਸਟ੍ਰੈਸ ਹੈਗਾ ਉਹ ਵੀ ਇਮਿਊਨ ਸਿਸਟਮ ਨੂੰ ਖਰਾਬ ਕਰਦਾ। ਅਗਰ ਹੁਣ ਦੇਖੋ 52% ਕੈਨੇਡੀਅਨ ਐਂਗਜ਼ਾਇਟੀ ਔਰ ਡਿਪਰੈਸ਼ਨ ਦੀ ਰਿਪੋਰਟ ਕਰ ਰਿਹਾ ਅਤੇ 74% ਐਲਬਰਟਾ ਵਾਲੇ ਰਿਪੋਰਟ ਕਰ ਰਹੇ ਆ। ਹੁਣ ਅਗਰ ਇਹ ਹੈਗਾ ਤਾਂ ਤੁਸੀਂ ਗੱਲਬਾਤ ਕਰੋ, ਕਾਉਂਸਲਿੰਗ ਲਓ ਵਰਚੁਅਲ ਟੈਕਨੋਲੋਜੀ ਦੇ ਨਾਲ, ਅਤੇ ਹੁਣ ਤਾਂ ਆਪਾਂ ਕਾਉਂਸਲਰ ਕੋਲ ਫਿਜ਼ੀਕਲ ਵੀ ਜਾ ਸਕਦੇ ਹਾਂ। ਜਿਹੜਾ ਹਾਸਾ ਹੈਗਾ, ਹਿਊਮਰ ਹੈਗਾ, ਹੱਸਣਾ ਹੈਗਾ, ਉਹ ਇਮਿਊਨ ਸਿਸਟਮ ਨੂੰ ਬੂਸਟ ਕਰਦਾ। ਸਟ੍ਰੈਸ ਥੱਲੇ ਕਰੂਗਾ, ਹੱਸਣਾ ਬੂਸਟ ਕਰੂਗਾ। ਇਸ ਲਈ ਡਾਕਟਰ ਮਦਨ ਕਟਾਰੀਆ ਜੀ, ਉਹਨਾਂ ਨੇ ਲਾਫਿੰਗ ਕਲੱਬ ਸ਼ੁਰੂ ਕੀਤੇ, ਉਹ ਵੀ ਮੇਰੇ ਪਿੰਡ ਤੋਂ ਬੋਂਬੇ ਤੋਂ ਹੀ ਐਸ ਏ ਫਿਜ਼ੀਸ਼ੀਅਨ ਉਭਰ ਕੇ ਆਏ, ਅੱਜ ਕੱਲ੍ਹ ਅਮੈਰੀਕਾ ਰਹਿੰਦੇ ਆ। ਸੋ ਅਗਰ ਤੁਸੀਂ ਲਾਗੇ ਜਾ ਕੇ ਲਾਫਟਰ ਕਲੱਬ ਹੈਗੇ, ਉਹ 'ਚ ਜੁਆਇਨ ਕਰ ਸਕਦੇ ਆ ਵਰਚੁਅਲੀ। ਤੁਸੀਂ ਦੇਖੋ ਕਪਿਲ ਸ਼ਰਮਾ ਦਾ ਸ਼ੋਅ ਕਿੰਨਾ ਮੁਕੰਮਲ ਕਿਉਂ ਹੈਗਾ ਪੂਰੇ ਵਰਲਡ 'ਚ ਜਾਂ ਹਿੰਦੁਸਤਾਨ 'ਚ, ਕਿਉਂਕਿ ਲੋਕੀ ਹੱਸਣਾ ਚਾਹੁੰਦੇ ਆ। ਅਗਰ ਤੁਸੀਂ ਹਾਸੇ ਬੀਜੋਗੇ ਤਾਂ ਉਸ ਤੋਂ ਖੁਸ਼ੀਆਂ ਉੱਗਣਗੀਆਂ, ਲੇਕਿਨ ਹੱਸਣਾ ਇੱਕ ਇਨਸਾਨੀ ਫਿਤਰਤ ਆ। ਸੋ ਹਸਤ ਖੇਲਤ ਤੇਰੇ ਦੇਹੁਰੇ ਆਇਆ। ਦੇਖੋ ਬਾਣੀ ਵੀ ਕਹਿੰਦੇ ਆ ਵੀ ਹੱਸਣਾ ਬਹੁਤ ਜ਼ਰੂਰੀ ਆ। ਨਾਨਕ ਸਤਿਗੁਰ ਭੇਟੀਏ ਪੂਰੀ ਹੋਵੇ ਜੁਗਤ, ਫਿਰ ਕੀ ਆਊਗਾ? ਹੱਸਣਦਿਆਂ, ਖੇਲਦਿਆਂ, ਪਹਿਨਦਿਆਂ, ਖਾਵਦਿਆਂ ਵਿੱਚ ਹੋਏ ਮੁਕਤ। ਹੱਸਣਾ ਬਹੁਤ ਉੱਤਮ ਹੈ, ਕਿਉਂਕਿ 84 ਲੱਖ ਜੂਨ 'ਚ ਸਿਰਫ ਇਨਸਾਨ ਹੱਸ ਸਕਦਾ, ਹੋਰ ਕੋਈ ਜੂਨ 'ਚ ਹੱਸ ਨਹੀਂ ਸਕਦੇ। ਹਾਂ, ਦੂਜੀ ਗੱਲ ਸੀ ਨੀਂਦ ਦਾ ਜਿਹੜਾ ਦੁਖਾਂਤ ਹੈ ਨਾ, ਇਹ ਸਿਰਫ ਇਨਸਾਨ ਨੂੰ ਆ, ਨਾ ਪਸ਼ੂ ਆ, ਨਾ ਮੱਛੀ ਆ, ਨਾ ਪਰਿੰਦੇ ਨੂੰ ਹੈਗਾ। ਔਰ ਅਸੀਂ ਕਿਉਂ ਇਹ ਟ੍ਰੈਪ 'ਚ ਪੈ ਗਏ? ਕਿਉਂਕਿ 100 ਸਾਲ ਪਹਿਲਾਂ ਜਦੋਂ ਲਾਈਟ ਵਾਲਾ ਬੱਲਬ ਬਣਿਆ, ਉਹਦੇ ਬਾਅਦ ਇੰਡਸਟਰੀਅਲ ਰੈਵੋਲੂਸ਼ਨ ਆਇਆ, ਬਿਜਲੀ ਆਈ, ਦਿਨ ਰਾਤ ਕੰਮ ਕਰਨ ਦਾ ਗੱਲ ਹੋਇਆ, ਸ਼ਿਫਟਾਂ ਹੋ ਗਈਆਂ। ਅੱਜ WHO ਨੇ, ਤੁਸੀਂ ਜਾ ਕੇ ਪੜ੍ਹ ਲਓ ਉਹਨਾਂ ਦੀ ਵੈਬਸਾਈਟ 'ਚ, ਕਿਹਾ ਹੈ ਵੀ ਨਾਈਟ ਸ਼ਿਫਟ ਇਜ਼ ਕਾਰਸੀਨੋਜੈਨਿਕ, ਵੀ ਅਗਰ ਕੋਈ ਬੰਦਾ ਰਾਤ ਨੂੰ ਕੰਮ ਕਰਦਾ ਉਹਨੂੰ ਕੈਂਸਰ ਹੋਣ ਦੇ ਚਾਂਸਿਸ ਵੱਧ ਜਾਂਦੇ ਆ। ਇਸ ਲਈ ਤੁਸੀਂ ਦੇਖੋ ਹਰ ਕੰਪਨੀ ਜਿਹੜਾ ਨਾਈਟ ਸ਼ਿਫਟ ਕਰਦਾ ਉਹਨੂੰ ਥੋੜ੍ਹਾ ਜਿਹਾ ਅਮਾਊਂਟ ਜ਼ਿਆਦਾ ਕਰਦੀ ਆ, ਵੀ ਆਪਾਂ ਜਿਹੜੇ ਇੰਪਲੋਇਰ ਹੈ ਉਹਨੂੰ ਬਚਾ ਕੇ ਰੱਖੀਏ ਤਾਂ ਕਿ ਸਾਡੇ ਕੰਮ ਚੱਲਦੇ ਰਹਿਣ। ਪੁਰਖਾ ਤੂੰ ਆਇਆ ਕੀ ਕਰਨ ਸੀ ਅਤੇ ਕਿਸ ਪਾਸੇ ਨੂੰ ਤੁਰ ਪਿਆ? ਇਸ ਲਈ ਆਪਾਂ ਰੂਟੀਨ 'ਚ ਰਹੀਏ, ਨੇਚਰ 'ਚ ਰਹੀਏ, ਕੁਦਰਤ 'ਚ ਰਹੀਏ। ਔਰ ਕਈ ਲੋਕ ਮੈਨੂੰ ਪੁੱਛਦੇ ਆ ਸਾਨੂੰ ਨੀਂਦ ਨਹੀਂ ਆਉਂਦੀ ਕੀ ਕਰੀਏ, ਮੈਂ ਉਹਨਾਂ ਨੂੰ ਬਹੁਤ ਈਜ਼ਲੀ ਕਹਿੰਦਾ, ਦੇਖੋ ਤੁਸੀਂ ਬੈੱਡ ਦਾ ਜਿਹੜਾ ਰੂਟੀਨ ਟਾਈਮ ਆ ਉਹ ਸੇਮ ਰੱਖੋ, ਉਹ ਭਾਵੇਂ ਮੰਡੇ ਹੋਏ, ਟਿਊਜ਼ਡੇ ਹੋਏ, ਸੈਟਰਡੇ ਹੋਏ, ਸੰਡੇ ਹੋਏ, ਵੀਕਡੇ ਹੋਏ, ਵੀਕਐਂਡ, ਉਹਨੂੰ ਸੇਮ ਰੱਖੋ। ਜਦੋਂ ਬੋਡੀ ਨੂੰ ਤੁਸੀਂ 40 ਦਿਨ ਕੰਡੀਸ਼ਨ ਕਰ ਲਓਗੇ ਤੁਹਾਨੂੰ ਕਦੀ ਅਲਾਰਮ ਕਲੋਕ ਦੀ ਲੋੜ ਨਹੀਂ ਪੈਣੀ। ਦੂਜੀ ਗੱਲ, ਬੈੱਡ 'ਚ ਉਦੋਂ ਜਾਓ ਜਦੋਂ ਨੀਂਦ ਆਈ ਆ। ਹੁਣ ਸਮਝੋ ਸਾਨੂੰ ਰੋਟੀ ਖਾਣੀ ਆ, ਪਲੇਟ 'ਚ ਅਸੀਂ ਦਾਲ ਸਬਜ਼ੀ ਫੁਲਕਾ ਪਾ ਲਿਆ, ਟੇਬਲ 'ਤੇ ਅਸੀਂ ਉਦੋਂ ਜਾ ਕੇ ਬਹਿਣਾ ਜਦੋਂ ਸਾਨੂੰ ਭੁੱਖ ਲੱਗੀ ਆ, ਅੱਗੇ ਪਿੱਛੇ ਥੋੜ੍ਹੀ ਅਸੀਂ ਟੇਬਲ 'ਤੇ ਜਾ ਕੇ ਬੈਠੇ ਰਹਿਣਾ, ਹੁਣ ਬੈਠਾਂਗੇ 2 ਘੰਟੇ ਬਾਅਦ ਭੁੱਖ ਲੱਗੂਗੀ ਫਿਰ ਸੋਚਾਂਗੇ, ਨਹੀਂ। ਤੀਜੀ ਗੱਲ, ਅਗਰ ਤੁਸੀਂ ਬੈੱਡ 'ਚ ਚਲੇ ਗਏ ਹੋ, ਹਾਂ ਪਹਿਲੀ ਗੱਲ, ਰੂਮ ਟੈਂਪਰੇਚਰ 65 ਡਿਗਰੀ ਫੈਰਨਹਾਈਟ ਜਾਂ 18 ਡਿਗਰੀ ਸੈਂਟੀਗ੍ਰੇਡ ਰੱਖੀਏ, ਬਹੁਤੀ ਗਰਮੀ 'ਚ ਨੀਂਦ ਨਹੀਂ ਆਊਗੀ, ਥੋੜ੍ਹਾ ਕੂਲਰ ਟੈਂਪਰੇਚਰ ਚਾਹੀਦਾ, ਕਿਉਂਕਿ ਤੁਹਾਡਾ ਬੋਡੀ ਦਾ ਕੋਲਡ ਟੈਂਪਰੇਚਰ ਜਦੋਂ ਡਰੋਪ ਹੋਏਗਾ ਉਦੋਂ ਨੀਂਦ ਦੀ ਜਿਹੜੀ ਹੈਗੀ ਆ ਤਰੰਗਾਂ ਜਿਹੜੀਆਂ ਤੁਹਾਡੇ ਬ੍ਰੇਨ ਦੇ ਉੱਤੇ ਜ਼ਿਆਦਾ ਚੱਲਣਗੀਆਂ। ਅਗਰ ਤੁਸੀਂ ਬੈੱਡ 'ਚ ਚਲੇ ਗਏ ਨੀਂਦ ਨਹੀਂ ਆ ਰਹੀ, 10-15 ਮਿੰਟ ਵੇਟ ਕਰੋ, ਉਹਦੇ ਬਾਅਦ ਨਿਕਲ ਜਾਓ, ਕੁਛ ਹੋਰ ਕਰੋ, ਕੋਈ ਬੁੱਕ ਪੜ੍ਹ ਲਓ, ਮਿਊਜ਼ਿਕ ਸੁਣ ਲਓ, ਕੁਛ ਲਿਖ ਲਓ, ਕੁਛ ਕ੍ਰੋਸਵਰਡ ਪਡਲ ਕਰ ਲਓ। ਔਰ ਅਗਰ ਵਾਕਈ ਤੁਹਾਨੂੰ ਸਟ੍ਰੈਸ ਹੈਗਾ ਜਾਂ ਪਰੇਸ਼ਾਨੀ ਹੈਗੀ ਆ ਜਾਂ ਕੁਛ ਹੋਰ ਤਣਾਅ ਹੈਗਾ ਤਾਂ ਉਹਦੇ ਲਈ ਗੱਲਬਾਤ ਕਰੋ। ਮਹਾਰਾਜ ਵੀ ਖੁਦ ਇਹ ਕਹਿੰਦੇ ਆ, ਜਦ ਤੱਕ ਦੁਨੀਆ ਨਾਨਕ ਰਹੀਏ ਕੁਛ ਸੁਣੀਏ ਕੁਛ ਕਹੀਏ, ਕਿਸੇ ਦੀ ਗੱਲ ਸੁਣ ਲਓ, ਕਿਸੇ ਨੂੰ ਗੱਲ ਦੱਸ ਲਓ, ਦਿਲਾਂ ਦੀ ਸਾਂਝ ਕਰ ਲਓ, ਦਿਲ ਨੂੰ ਫਰੋਲ ਲਓ। ਨੀਂਦ ਜਦੋਂ ਆਪਾਂ ਨਿੱਕੇ ਸੀ, ਦੇਖੋ ਸਾਨੂੰ ਕਦੀ ਤਰਬਲ ਨਹੀਂ ਸੀ ਨੀਂਦ ਦੀ, ਉਦੋਂ ਭਾਵੇਂ ਗੱਦਾ ਨਹੀਂ ਸੀ, ਸਿਰਹਾਣਾ ਨਹੀਂ ਸੀ, ਨੀਂਦ ਫੇਰ ਵੀ ਆ ਜਾਂਦੀ ਸੀ। ਸੋ ਹੁਣ ਟਰਬਲ ਇਹ ਪਈ ਆ ਵੀ ਲੋਕਾਂ ਕੋਲ $20,000 ਵਾਲੇ ਮੈਟਰਸ ਆ, ਬਹੁਤ ਆਲੀਸ਼ਾਨ ਮਕਾਨ ਹੈਗੇ ਆ, ਸਿੱਖਾਂ ਨੇ ਬਹੁਤ ਮਲ ਮਾਰੀਆਂ ਕੈਨੇਡਾ 'ਚ, ਹੈ ਨਾ, ਐਵਰੀ ਸੈਕਿੰਡ ਸਿੱਖ ਦਾ ਮਿਲੀਅਨਰ ਹੈਗਾ ਇੱਥੇ, ਲੇਕਿਨ ਨੀਂਦ ਬਹੁਤਿਆਂ ਦੀ ਉਖੜੀ ਹੋਈ ਆ, ਕਿਉਂਕਿ ਅਸੀਂ ਬਹੁਤ ਆਲ ਜੰਜਾਲ 'ਚ ਆਪਣੇ ਆਪ ਨੂੰ ਪਰੋ ਲਿਆ ਜਿਹਦੀ ਲੋੜ ਨਹੀਂ ਸੀ। ਸੋ ਫਿਰ ਆਪਾਂ ਬੇਸਿਕ 'ਚ ਆਈਏ,
ਕੁਦਰਤ ਦੇ ਨਾਲ ਜੁੜੀਏ, ਰੂਹਾਨੀਅਤ ਦੇ ਨਾਲ ਜੁੜੀਏ, ਆਪਣੀ ਰੂਹ ਦੇ ਨਾਲ ਜੁੜੀਏ, ਨੀਂਦ ਰੱਜ ਕੇ ਆਊਗੀ। ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀਆ ਜੀ, ਬਹੁਤ ਬਹੁਤ ਮਿਹਰਬਾਨੀ, ਤੁਸੀਂ ਸਾਡੀਆਂ ਬਹੁਤ ਸਾਰੀਆਂ ਸ਼ੰਕਾਵਾਂ ਦੀ ਨਿਵਰਤੀ ਕੀਤੀ ਹੈ, ਬਹੁਤ ਸਾਰੀਆਂ ਨਵੀਆਂ ਗੱਲਾਂ ਸਾਨੂੰ ਪਤਾ ਲੱਗੀਆਂ, ਬਹੁਤ ਬਹੁਤ ਮਿਹਰਬਾਨੀ ਡਾਕਟਰ ਸਾਹਿਬ। ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ, ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।